ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਆਹ ਜਿਹੜਾ ਪੰਜਾਬੀ ਗਾਉਣ ਵਾਲੇ ਜਾਣੀ ਪੰਜਾਬੀ ਇੰਡਸਟਰੀ ਆਪਣੇ ਉਹਦੇ ਵਿੱਚ ਰਾਈਟਰ ਵੀ ਆ, ਵੀਡੀਓ ਮੇਕਰ ਵੀ ਆ ਅਤੇ ਟੇਪਾਂ ਵੇਚਣ ਵਾਲੇ ਵੀ ਆ ਅਤੇ ਕੰਪਨੀਆਂ ਜਿਹੜੀਆਂ ਸਾਰੇ ਆਪਾਂ ਇੱਕ ਹਾਂ। ਇਹ ਜਿਹੜੀ ਗਾਉਣ ਵਾਲਿਆਂ 'ਤੇ ਪੰਜਾਬੀ ਇੰਡਸਟਰੀ 'ਤੇ ਸਾੜ ਸਤੀ ਚੱਲਦੀ ਆ, ਮੈਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਨੂੰ ਇਸ ਦੁੱਖ ਦੀ ਘੜੀ 'ਚੋਂ ਬਾਹਰ ਕੱਢੋ ਸੱਚੇ ਪਾਤਸ਼ਾਹ ਜੀ। ਅਤੇ ਨਾਲ ਦੀ ਨਾਲ ਮੈਂ ਆਹ ਬੇਨਤੀ ਕਰਨੀ ਚਾਹੁੰਦਾ ਸਾਰੇ ਗਾਉਣ ਵਾਲਿਆਂ ਨੂੰ ਕਿ ਅੱਜ ਸਾਨੂੰ ਕੰਜਰ, ਲੁੱਚੇ, ਲਫੰਗੇ, ਦੱਲੇ, ਕੁੱਤੇ, ਗਦਾਰ ਦੇ ਸ਼ਬਦ ਵਰਤੇ ਜਾ ਰਹੇ ਸਾਡੇ ਲਈ। ਅਤੇ ਇਹਦੇ ਜਿਹੜੇ ਹੈਗੇ ਆ, ਕਹਿਣ ਦਾ ਮਤਲਬ ਵੀ ਇੱਕ ਹੋਣ ਵਾਲੇ ਆਪਾਂ ਆਪ ਹੀ ਹਾਂ, ਕਿਉਂਕਿ ਅੱਜ ਗੁਰਦਾਸ ਮਾਨ ਡੈਡ ਐਂਡ ਪੰਜਾਬੀ ਗਾਇਕੀ ਦਾ ਬਾਬਾ ਬੋੜ, ਜਿਹਨੂੰ ਲੋਕ ਅੱਜ ਕਿਸੇ ਵਜ੍ਹਾ ਕਾਰਨ ਕੰਜਰ, ਦੱਲਾ, ਕੁੱਤਾ, ਗਦਾਰ, ਪਤਾ ਨਹੀਂ ਕੀ ਗੰਦੇ ਸ਼ਬਦ ਵਰਤ ਰਹੇ ਆ, ਜੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਤਾਂ ਆਪਾਂ ਕਿਹੜੇ ਬਾਗ ਦੀਆਂ ਮੂਲੀਆਂ। ਮੇਰੀ ਪੰਜਾਬੀ ਗਾਉਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਚੱਡਿਆਂ 'ਚ ਪੂਛ ਲੈ ਕੇ ਨਾ ਬੈਠੋ, ਤੁਸੀਂ ਤਮਾਸ਼ਾ ਨਾ ਦੇਖੋ, ਕਿਉਂਕਿ ਇਹ ਦਿਨ ਕੱਲ੍ਹ ਨੂੰ ਆਪਣੇ 'ਤੇ ਵੀ ਆ ਸਕਦਾ। ਜੇ ਕੋਈ ਗਲਤੀ ਹੋ ਗਈ ਆ, ਮੰਨ ਲਓ ਗੁਰਦਾਸ ਮਾਨ ਸਾਡੇ ਸੀਨੀਅਰ ਆ, ਇਹ ਨਹੀਂ ਵੀ ਉਹ ਗਲਤੀ ਨਹੀਂ ਕਰ ਸਕਦੇ। ਮੰਨ ਲਓ ਜੇ ਉਹਨਾਂ ਨੇ ਗਲਤੀ ਕਰ ਦਿੱਤੀ ਆ, ਗਲਤ ਬੋਲ ਹੋ ਗਿਆ, ਜਾਂ ਉਹਨਾਂ ਨੇ ਉਹਨਾਂ ਦੀ ਭਾਵਨਾ ਕੋਈ ਹੋਰ ਹੋਊ, ਜਾਂ ਉਹਨਾਂ ਤੋਂ ਜਾਣੇ ਅਣਜਾਣੇ ਜੋ ਵੀ ਕਹਿ ਹੋ ਗਿਆ, ਤਾਂ ਸਾਡਾ ਫਰਜ਼ ਆ ਇੰਡਸਟਰੀ ਵਾਲੇ ਇਕੱਠੇ ਹੋ ਕੇ ਉਹ ਜਿਹੜੀ ਸੰਸਥਾ ਨੇ ਮੁੱਦਾ ਚੱਕਿਆ, ਜਾਂ ਪੰਜਾਬੀ ਲੋਕਾਂ ਨੇ, ਅਸੀਂ ਸਾਰੇ ਕਹੀਏ ਵੀ ਸਾਡੇ ਵੱਡੇ ਭਰਾ ਤੋਂ ਗਲਤ ਹੋ ਗਿਆ, ਚਾਹੇ ਉਹਨੇ ਕੀਤੀ ਵੀ ਨਹੀਂ, ਫਿਰ ਵੀ ਅਸੀਂ ਆ ਪੰਜਾਬੀ ਹਾਂ, ਉਹਨਾਂ ਲਈ ਨਿਮਰਤਾ ਸਹਿਤ ਅਸੀਂ ਬੇਨਤੀ ਕਰ ਸਕਦੇ ਹਾਂ। ਅਸੀਂ ਤਾਂ ਬੈਠੇ ਨੈੱਟ ਖੋਲ੍ਹ ਕੇ ਤਮਾਸ਼ਾ ਦੇਖ ਰਹੇ ਹਾਂ। ਅਤੇ ਜਿਹੜੀ ਮੈਂ ਗੱਲ ਪਹਿਲਾਂ ਗੱਲ ਕਹੀ ਆ, ਚਾਹੇ ਗਾਉਣ ਵਾਲੀਆਂ ਅਤੇ ਚਾਹੇ ਗਾਉਣ ਵਾਲੇ ਆ, ਮੈਂ ਵੀ ਵਿੱਚੇ ਹੀ ਹਾਂ, ਕਿਉਂਕਿ ਮੈਂ ਵੀ ਅੱਜ ਇਹ ਬੋਲਿਆ, ਅਸੀਂ ਚੱਡਿਆਂ 'ਚ ਪੂਛ ਲੈ ਕੇ ਬੈਠੇ ਹਾਂ, ਅਸੀਂ ਵੀ ਪੰਜਾਬੀ ਹਾਂ, ਕੁੱਲੂ 'ਚੋਂ ਨਹੀਂ ਆਏ, ਕੇਰਲਾ 'ਚੋਂ ਨਹੀਂ ਆਏ, ਪੰਜਾਬੀ ਹਾਂ। ਸੋ ਮੇਰੀ ਪਹਿਲਾਂ ਬੇਨਤੀ ਆ ਕਿ ਅਸੀਂ ਜਿੰਨਾ ਟਾਈਮ ਇੱਕ ਮੁੱਠ ਨਹੀਂ ਹੁੰਦੇ ਸਾਡਾ, ਅਸੀਂ ਕਿਸੇ ਨੂੰ ਬੇਨਤੀ ਵੀ ਨਹੀਂ ਕਰ ਸਕਦੇ। ਮੈਂ ਚਲ ਗਿਆ, ਦੂਜਿਆਂ ਨੇ ਕਹਿਣਾ ਨੰਬਰ ਬਣਾਉਣ ਚਲ ਗਿਆ, ਅੱਜ ਮੈਂ ਲਾਈਵ ਹੋਇਆ, ਅਗਲੇ ਨੇ ਸਭ ਤੋਂ ਘੱਟ ਕੇ ਇਸ ਮੱਖਣ ਸੋਸ਼ਲ ਮੀਡੀਆ 'ਤੇ ਆ, ਮੇਰੀ ਟੇਪ ਆਉਂਦੀ, ਮੈਂ ਨਹੀਂ ਕਦੀ ਕਿਹਾ ਮੇਰੇ ਵਿਊ ਵਧਾ ਦਿਓ, ਪੈਸੇ ਲੈ ਕੇ ਘਟਾ ਦਿਓ, ਜਾਂ ਉਹ ਹੋਜੂ ਉਹ ਹੋਜੂ, ਜੋ ਰੱਬ ਨੇ ਨੈਚੁਰਲੀ ਜਿਹਾ ਆ। ਅੱਜ ਵੀ ਮੈਂ ਆਪਣੇ ਇੱਥੇ ਖੂਹ 'ਤੇ ਖੜ੍ਹਾ ਹਾਂ, ਮੇਰੇ ਕੋਲ ਜਿੰਨਾ ਕੁ ਹੁੰਦਾ, ਜਿੰਨੇ ਜੋਗਾ ਮੈਂ ਹੈਗਾ ਹਾਂ, ਉਨੇ ਜੋਗਾ ਆਪਣੇ ਸਾਰੇ ਪੰਜਾਬੀਆਂ ਨਾਲ ਮਿਲਦਾ ਵਰਤਦਾ। ਅਤੇ ਰਹੀ ਗੱਲ ਗੁਰਦਾਸ ਮਾਨ ਜੀ ਦੀ, ਕੈਨੇਡਾ ਦੇ ਵਿੱਚ ਜੇ ਉਹ ਕਹਿ ਹੋ ਗਿਆ ਉਹਨਾਂ ਕੋਲੋਂ, ਐਡਾ ਕਿਹੜਾ ਅਟੈਕ ਕਰਤਾ ਪੰਜਾਬੀ 'ਤੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਪੰਜਾਬੀ ਆ ਜਿਹੜੇ ਹੁਣ ਸਾਨੂੰ ਸਾਡੇ ਬੜੇ ਭਾਈ ਨੂੰ ਕੁੱਤਾ, ਕੰਜਰ, ਦੱਲਾ ਆਖਦੇ ਆ, ਮੈਂ ਪੁੱਛਦਾ ਵੀ ਕਿਹੜਾ ਸਾਲਾ ਉਹ ਹੈਗਾ ਆ ਜਿਹੜਾ ਪੰਜਾਬੀ 'ਤੇ ਅਟੈਕ ਕਰ ਸਕਦਾ। ਇਹ ਤਾਂ ਸਾਡਾ ਆਪਣਾ ਵੱਡਾ ਭਰਾ, ਚਲੋ ਆਪਾਂ ਆਮ ਬੰਦੇ ਆ, ਆਮ ਗੁਣੀ ਗਿਆਨੀ ਬੰਦੇ, ਉਹ ਕਹਿੰਦੇ ਸਾਡਾ ਕੋਈ ਹੱਕ ਨਹੀਂ ਕਿਸੇ ਨੂੰ ਮਾੜਾ ਕਹੀਏ, ਅਤੇ ਸਾਨੂੰ ਜਿਹੜਾ ਕੋਈ ਸਿਆਣਾ ਬੰਦਾ ਸਮਝਾਊ
ਉੱਥੇ ਕਹੂ ਯਾਰ ਸਾਡੇ ਕੋਲ ਕੋਈ ਹੱਕ ਨਹੀਂ, ਆਪਾਂ ਕਿਸੇ ਨੂੰ ਮਾੜਾ ਕਹੀਏ, ਆਪਾਂ ਚੰਗੇ ਹੋਈਏ। ਮੇਰੀਆਂ ਗੱਲਾਂ ਭਾਵੇਂ ਚੰਗੀਆਂ ਲੱਗਣ ਜਾਂ ਮਾੜੀਆਂ ਪੈਣੀਆਂ ਤਾਂ ਮੈਨੂੰ ਗਾਲਾਂ ਹੀ ਆ ਪਹਿਲਾਂ, ਮੈਂ ਸਮਝਦਾ ਹਾਂ, ਅਤੇ ਹੋ ਸਕਦਾ ਕੋਈ ਚੰਗਾ ਵੀ ਮਾੜਾ ਮੋਟਾ ਸਮਝ ਲੈਣ। ਕਿਹੜਾ ਅਟੈਕ ਕਰ ਸਕਦਾ ਪੰਜਾਬੀ 'ਤੇ ਅੱਜ? KS ਮੱਖਣ ਜੇ ਆਪਣੀ ਗੱਲ ਕਰੇ, ਜੇ ਮੈਂ ਅੱਜ ਲਾਈਵ ਹੋਇਆ, ਮੈਂ ਪਹਿਲਾਂ ਆਪਣੀ ਗੱਲ ਕਰੂੰ, ਮੈਨੂੰ 20 ਸਾਲ ਹੋ ਗਿਆ ਕੈਨੇਡਾ ਦੇ ਵਿੱਚ। ਮੈਂ ਆਪਣੀ ਬੁੱਤਾ ਲਾਊ ਗੁਜ਼ਾਰੇ ਜੋਗੀ ਇੰਗਲਿਸ਼ ਬੋਲਦਾ, ਆਪਣੇ ਕੰਮ ਕਾਰ ਲਈ ਜਾਂਦਾ, ਕੋਈ ਚੀਜ਼ ਲੈਣ ਜਾਂਦਾ, ਅਤੇ ਮੈਂ ਟਰਾਈ ਕਰਦਾ ਵੀ ਮੈਂ ਉੱਥੇ ਬੋਲਾਂ, ਨਹੀਂ ਤਾਂ ਪਤਾ ਨਹੀਂ ਲੱਗਣਾ ਮੈਂ ਲੈਣ ਕੀ ਗਿਆ। ਹੈਂ, ਜੇ ਹੁਣ ਅਸੀਂ ਇੱਥੇ ਪੰਜਾਬ ਇੰਡੀਆ 'ਚ ਰਹਿ ਕੇ ਦਿੱਲੀ ਬੰਬੇ ਜਾਂਦੇ ਹਾਂ, ਉੱਥੇ ਹਮਕੋ ਤੁਮਕੋ ਕਰਨੀ ਪੈਂਦੀ ਹੈ ਭਰਾਵੋ। ਬਾਹਲੇ ਤੁਸੀਂ ਸਿਆਣੇ ਨਹੀਂ ਗਏ ਸਾਡੇ ਨਾਲੋਂ, ਅਸੀਂ ਵੀ ਬਾਹਲੇ ਸਿਆਣੇ ਨਹੀਂ ਗਏ। ਉੱਥੇ ਜੋੜ ਤੋੜ ਲਾਈ ਦਾ ਅਤੇ ਅਸੀਂ ਮਰਦੇ ਦਮ ਤੱਕ ਆ ਇੱਧਰਲੇ ਪਾਸੇ ਵਸੇ ਹੋਏ ਆ, ਉੱਥੇ ਤੱਕ ਪਤਾ ਨਹੀਂ, ਇੱਥੇ ਮੈਨੂੰ ਦਾਗ ਦੇਣੇ ਆ, ਪਤਾ ਨਹੀਂ ਕੈਨੇਡਾ 'ਚ ਮੇਰਾ ਫਿਊਨਲ ਹੋਣਾ ਆ, ਮੈਨੂੰ ਥੋੜ੍ਹਾ ਪਤਾ ਆ। ਮਰਦੇ ਦਮ ਤੱਕ ਕਿਹੜਾ ਪੰਜਾਬੀ ਮੇਰੇ ਵਿੱਚੋਂ ਕੱਢ ਦੂ ਜਾਂ ਮੈਂ ਛੱਡ ਦੂੰਗਾ ਪੰਜਾਬੀ? ਮੈਨੂੰ ਕੋਈ ਹੋਰ ਲੈਂਗੁਏਜ ਹੋਣਾ ਇਸ ਜਨਮਤਾ ਨਹੀਂ ਆ ਸਕਦੀ। ਅਗਲਾ ਮੈਂ ਕਿਤੇ ਹੋਰ ਜੰਮੂ, ਅਤੇ ਮੈਂ ਇਹ ਗੱਲ ਕਹਿ ਰਿਹਾ ਵੀ ਗੁਰਦਾਸ ਮਾਨ ਪੰਜਾਬੀ ਨੂੰ ਕਿੱਦਾਂ ਛੱਡ ਦੂਗਾ? ਗੁਰਦਾਸ ਮਾਨ ਕਦੀ ਵੀ ਪੰਜਾਬੀ ਨਹੀਂ ਛੱਡ ਸਕਦਾ, ਹਮੇਸ਼ਾ ਉਹਨੇ ਪਹਿਰਾ ਦਿੱਤਾ ਆ। ਅਤੇ ਪੰਜਾਬੀ ਅੱਜ ਜਿਹੜਾ ਵੀਰ ਪ੍ਰੋਟੈਸਟ ਕਰਨ ਗਿਆ, ਮੈਂ ਉਹਦੀ ਗੱਲ ਕਰਦਾ, ਜੇ ਗਲਤੀ ਹੋ ਗਈ ਸੀ, ਚਲੋ ਇੱਕ ਉਹ ਸ਼ਖਸੀਅਤ ਆ, ਪਰਸਨੈਲਿਟੀ ਆ, ਵੈਸੇ ਤਾਂ ਰੱਬ ਦੇ ਸਾਰੇ ਬੰਦੇ ਇੱਕੋ ਜਿਹੇ ਆ। ਮੰਨ ਲਓ ਗੁਰਦਾਸ ਮਾਨ ਦਾ ਸਾਨੂੰ ਪਤਾ ਨਹੀਂ ਵੀ ਕਿਹੜੇ ਘਰ 'ਚ ਰਹਿੰਦਾ, ਕੈਨੇਡਾ 'ਚ ਕਿਹੜੇ ਹੋਟਲ 'ਚ ਰਹਿੰਦਾ, ਅਤੇ ਉਹ ਬੁੱਧੀਜੀਵ ਬੜਾ ਪੜ੍ਹਿਆ ਲਿਖਿਆ ਬੰਦਾ ਆ ਜਿਹੜਾ ਵੀਰ ਚਰਨਜੀਤ ਸਿੰਘ ਆ ਕੈਨੇਡਾ ਤੋਂ, ਅਤੇ ਮੈਂ ਸਮਝਦਾ ਉਹਨੂੰ ਪੰਜ ਬੰਦੇ ਕੌਮ ਦੇ ਲੈ ਕੇ, ਕਮਿਊਨਿਟੀ ਦੇ ਪੰਜਾਬੀ ਜਿਹੜੇ ਉੱਥੇ ਪਹਿਰਾ ਦਿੰਦੇ ਆ, ਉਹਨਾਂ ਨੂੰ ਨਾਲ ਲੈ ਕੇ ਪ੍ਰਮੋਟਰ ਕੋਲ ਜਾਂਦੇ ਵੀ ਬਾਈ ਗੁਰਦਾਸ ਮਾਨ ਜੀ ਨੇ ਆਹ ਗੱਲ ਕਹੀ ਆ ਵੀ ਸਾਨੂੰ ਉਹ ਤੋਂ ਇਹ ਆਸ ਨਹੀਂ ਸੀ, ਜੇ ਫਿਰ ਵੀ ਉਹ ਅੜੀ ਕਰਦਾ, ਫਿਰ ਇਹ ਸਟੈਪ ਸੀ ਆ ਜਿਹੜਾ ਉਹਨੇ ਸਟੈਪ ਚੱਕਿਆ, ਉਹਦਾ ਸਟੈਪ ਨਹੀਂ ਸੀਗਾ। ਜੇ ਉਹ ਸੀਨਾ ਤਾਣ ਕੇ ਗਿਆ ਪ੍ਰੋਟੈਸਟ ਕਰਨ, ਜੇ ਉਹ ਹੈਕ ਤਾਣ ਕੇ ਗਿਆ, ਮੂਹਰੇ ਨੇਲੇ ਨੂੰ ਦਹਿਲਾ ਟੱਕਰ ਪਿਆ, ਉਹਨੇ ਵੀ ਪੰਜਾਬੀ 'ਚ ਜੋ ਕਿਹਾ ਪੰਜਾਬੀ 'ਚ ਕਿਹਾ, ਉਹਨੇ ਵੀ ਕੋਈ ਕੰਨੜ 'ਚ ਨਹੀਂ ਕਿਹਾ ਜਾਂ ਹੋਰ ਹਿੰਦੀ ਭਾਸ਼ਾ 'ਚ ਨਹੀਂ ਕਿਹਾ। ਆਪਾਂ ਨੂੰ ਕੀ ਪਤਾ, ਹੁਣ ਇੱਥੇ ਪ੍ਰੋਟੈਸਟ ਹੁੰਦੇ ਆ, ਇੱਥੇ ਸਕੂਲਾਂ 'ਚ ਟੀਚਰ ਪ੍ਰੋਟੈਸਟ ਕਰਦੇ ਆ, ਹੋਰ ਕਮਿਊਨਿਟੀਆਂ ਪ੍ਰੋਟੈਸਟ ਕਰਦੀਆਂ, ਆਪਣੇ ਧਰਮਾਂ ਲਈ ਪ੍ਰੋਟੈਸਟ ਹੁੰਦੇ ਆ, ਡਾਕਟਰ ਟੀਚਰ ਸਾਰੇ ਪ੍ਰੋਟੈਸਟ ਕਰਦੇ ਉੱਥੇ। ਉਹਨਾਂ ਨੂੰ ਕੀ ਪਤਾ ਉਹਨਾਂ ਨਾਲ ਕੀ ਹੋਣਾ, ਵਿਛਾੜਾਂ ਪੈਂਦੀਆਂ, ਪਾਣੀ ਦੀਆਂ ਡਾਂਗ ਫਿਰਦੀ, ਇਹ ਪਹਿਲਾਂ ਸੋਚ ਕੇ ਜਾਣਾ ਚਾਹੀਦਾ। ਹੁਣ ਅੱਜ ਜਿਹੜਾ ਇਸ਼ੂ ਆ ਉਹ ਹੈਗਾ ਵੀ ਉਹਨਾਂ ਨੇ ਅਪਸ਼ਬਦ ਬੋਲਿਆ, ਮੈਂ ਤਾਂ ਸੋਚਦਾ ਬੜੀ ਗੁਰਦਾਸ ਮਾਨ ਨੇ ਸਾਹਿਤਕ ਜਿਹੀ ਗਾਲ ਕੱਢੀ ਆ, ਜਿੱਦਾਂ ਦਾ ਮਾਹੌਲ ਸੀ ਉੱਥੇ, ਲੇਡੀਜ਼ ਵੀ ਸਾਡੀਆਂ ਬੈਠੀਆਂ ਸੀ, ਉਹ ਕ੍ਰੀਏਟ ਹੋਇਆ ਉਸ ਬੰਦੇ ਵੱਲੋਂ, ਉਹਨੇ ਜਾ ਕੇ ਪ੍ਰੋਟੈਸਟ ਸ਼ੁਰੂ ਕੀਤਾ। ਹਿਊਮਨ ਬੀਂਗ ਆ ਯਾਰ, ਉਹ ਰੱਬ ਤਾਂ ਹੈ ਨਹੀਂਗਾ। ਹੁਣ ਮੈਂ ਸੋਚਦਾ ਵੀ ਉਹ ਤਾਂ ਗੁਰਦਾਸ ਮਾਨ ਸੀ, ਸਾਡੇ ਵਰਗਾ ਕੋਈ ਕਮਲਾ ਹੁੰਦਾ, ਉੱਥੇ ਮਾਂ ਭੈਣ ਇੱਕ ਕਰਦੇ ਨਹੀਂ, ਭਾਵੇਂ ਸਾਨੂੰ ਛਿੱਤਰੇ ਹੀ ਖਾਣੇ ਪੈਂਦੇ, ਹੈ ਨਾ। ਅਸੀਂ ਪੰਜਾਬੀ ਆ ਯਾਰ, ਸਾਡੀਆਂ ਰਗਾਂ 'ਚ ਪੰਜਾਬੀ ਦੌੜਦੀ ਆ, ਪੰਜਾਬੀ ਦਾ ਐਂਟਰਟੇਨਮੈਂਟ ਕਰਦੇ ਹਾਂ, ਅਤੇ ਏਡੀ ਵੀ ਕਿਹੜੀ ਗੱਲ ਆ ਵੀ ਹੁਣ ਅਸੀਂ ਗਾਉਣ ਵਾਲੇ ਹੋ ਗਏ ਤਾਂ ਕੰਜਰ ਹੋ ਗਏ, ਵੀ ਕੰਜਰਾਂ ਨੂੰ ਸੁਣਦੇ ਕਿਉਂ ਆ ਤੁਸੀਂ, ਅੰਬ ਲੈਣ ਲਈ ਸੁਣਦੇ ਆ ਤੁਸੀਂ? ਬਈ ਗੱਲ ਇਹ ਆ ਵੀ ਅਸੀਂ ਪੰਜਾਬੀ ਹਾਂ। ਇੱਥੇ ਜੇ ਜਿਹੜਾ ਵੀ ਬੰਦਾ ਕੋਈ ਸਕਸੈਸ ਹੁੰਦਾ, ਕੋਈ ਮੰਤਰੀ ਬਣ ਜਾਂਦਾ, ਕਿਸੇ ਦਾ ਕੋਈ ਕੋਠੀ ਪੈ ਜਾਂਦੀ ਆ, ਖੰਡ ਪਾਠ ਕਰਾਉਂਦੇ, ਇੱਥੇ ਗੀਤ ਵੱਜਦੇ ਆ, ਮੇਰੇ ਨਹੀਂ ਲਾਈਕ ਹੋਰ ਜੈ ਜੀ ਬੀ ਆ, ਬੱਬੂ ਮਾਨ ਆ, ਸਾਰਿਆਂ ਦੇ ਗੀਤ ਵੱਜਦੇ, ਮਾਨ ਸਾਹਿਬ ਦੇ ਹੋਰ ਨਵੇਂ ਮੁੰਡੇ ਆ ਗਏ ਮਾਰਕੀਟ 'ਚ, ਵਧੀਆ ਵਧੀਆ, ਕਿੰਨਾ ਤੁਸੀਂ ਪਿਆਰ ਦਿੰਦੇ ਯਾਰ। ਜੇ ਮਾੜੀ ਜਿਹੀ ਗੱਲ ਗਲਤ ਨਿਕਲ ਗਈ ਮੂੰਹ 'ਚੋਂ, ਤੁਸੀਂ ਤਾਂ ਜਾਨ ਲੈਣੀ ਕਰ ਦਿੰਦੇ ਆ, ਕਿਉਂ ਕਹਾਈਏ ਕੰਜਰ ਬਈ? ਉਹ ਸਾਡਾ ਬੜਾ ਭਾਈ, ਜੇ ਅਸੀਂ ਨਾ ਉਹਨਾਂ ਖੜੇ ਹੋਵੇ ਹੋਰ ਕਿਹਨੇ ਖੜਾ ਹੋਣਾ? ਉਹ ਕੱਲ੍ਹ ਨੂੰ ਕੋਈ ਸਟੈਪ ਹੋਰ ਲੈ ਲੂਗਾ ਯਾਰ, ਸਾਡਾ ਵੀ ਫਰਜ਼ ਬਣਦਾ, ਅਸੀਂ ਉਹਦੇ ਲਈ ਉਹਲੇ ਵੀ ਖੜੇ ਹਾਂ, ਆਪਣੀ ਪੰਜਾਬੀ ਕਮਿਊਨਿਟੀ ਲਈ ਖੜੇ ਹਾਂ, ਪੰਜਾਬੀ ਜ਼ਿੰਦਾਬਾਦ ਆ।
ਕੌਣ ਕੱਢ ਲੂ ਪੰਜਾਬੀ ਨੂੰ ਸਾਡੀ 'ਤੇ ਅਟੈਕ ਕਰ ਦੂ। ਜੇ ਐਡੀ ਐਡਾ ਦਰਦ ਸੀ ਆ ਜਿਹੜਾ ਬੰਦੇ ਨੇ ਹੁਣ ਪ੍ਰੋਟੈਸਟ ਕੀਤਾ, ਉੱਥੇ ਮੈਂ ਕੈਨੇਡਾ ਰਹਿੰਦਾ 20 ਸਾਲ ਤੋਂ, ਆ ਜਿਹੜੇ ਮੇਰੀ ਗੱਲ ਸੁਣਦੇ ਆ ਮੇਰੇ ਭਰਾ ਭੈਣ, ਉੱਥੇ ਪੱਗਾਂ ਲਹਿੰਦੀਆਂ ਗੁਰਦੁਆਰਿਆਂ 'ਚ, ਕਿਰਪਾਨਾਂ ਚੱਲਦੀਆਂ, ਉਹਦੇ ਬੰਦਾ ਕਿੱਥੇ ਸੀ? ਪਤਾ ਵੀ ਅਗਲੇ ਨੇ ਐਡਾ ਟੱਕ ਪਾ ਦੇਣਾ ਹੈ ਨਾ। ਸੋ ਬੇਨਤੀ ਆ ਯਾਰ, ਕੋਈ ਮਾੜਾ ਮੋਟਾ ਦੇਖ ਲਿਆ ਕਰੋ ਜਦੋਂ ਗੱਲ ਕਰਨ ਲੱਗਦੇ ਆ। ਤੁਸੀਂ ਲੈ ਕੇ ਗਦਾਰ ਕਹਿਣ ਚਲੇ ਗਏ, ਮੋਹਰੇ ਵੀ ਤਾਂ ਪੰਜਾਬੀ ਜੱਟ ਖੜਾ ਹੈ ਨਾ ਸਟੇਜ 'ਤੇ, ਗੁਰੂ ਮਹਾਰਾਜ ਨੇ ਉਹਨੂੰ ਮੰਚ 'ਤੇ ਖੜਾ ਕੀਤਾ, ਉਹਦੀ ਕਿਸਮਤ ਆ। ਫਿਰ ਜੇ ਤੁਸੀਂ ਗਦਾਰ ਲਿਖਿਆ ਤਾਂ ਅਗਲੇ ਨੇ ਕੰਮ ਚੱਕ ਤਾਂ ਨੇਲੇ ਨੂੰ ਦਿਲ ਨਾਲ ਟੱਕਰ ਗਿਆ ਨਾ। ਮੈਂ ਤਾਂ ਉਹੀ ਗੱਲ ਫਿਰ ਦੁਬਾਰਾ ਦੁਹਰਾਉਣਾ ਵੀ ਸਾਡੇ ਵਰਗਾ ਕੋਈ ਕਮਲਾ ਨਹੀਂ ਸੀਗਾ, ਹੈ ਨਾ। ਉਹ ਤਾਂ ਸਾਹਿਤਕ ਬੰਦਾ ਹੈ ਯਾਰ, ਤੁਸੀਂ ਇੱਕ ਮਿੰਟ 'ਚ ਉਹਦੀ ਭੰਡੀ ਕਰਕੇ ਰੱਖਤੀ। ਇੱਕ ਹੋਰ ਬੰਦਾ ਅਮਰੀਕਾ ਤੋਂ, ਉਹ ਗਾਉਣ ਵਾਲਿਆਂ ਨੂੰ ਲੁੱਚਿਆਂ ਦੇ ਕੰਜਰਾਂ ਤੋਂ ਬਿਨਾਂ ਗੱਲ ਨਹੀਂ ਕਰਦਾ। ਕੀ ਯਾਰ ਉਹਦਾ ਨਾਂ ਹੈਗਾ ਆ ਗੰਭੀਰ। ਕਿਆ ਗਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਸਾਰਿਆਂ ਨੂੰ? ਉਹ ਪੰਜਾਬੀ ਆ, ਜਾਂ ਤਾਂ ਫਿਰ ਛੱਡ ਦਿਓ ਪੰਜਾਬ, ਬਾਹਰ ਮਰ ਜਾਓ, ਚਲੇ ਜਾਓ ਕਿਤੇ ਵੀ। ਉਹ ਤੋਂ ਤੁਸੀਂ ਕੰਜਰ ਹੋ, ਸਾਰਿਆਂ ਨੂੰ ਕਹਿੰਦਾ। ਉਹ ਕਹਿੰਦਾ ਗਾਉਣ ਵਾਲੇ ਕੰਜਰ ਲੁੱਚੇ ਆ। ਹੈਂ ਯਾਰ, ਇੱਕ ਲਹਿਰ ਆ, ਇੱਕ ਜਿੱਦਾਂ ਪੁਲਿਸ ਆ ਨਾ, ਜਿੱਦਾਂ ਰੇਲਵੇ ਮਹਿਕਮਾ ਆ, ਜਿੱਦਾਂ ਟੀਚਰ ਆ, ਜਿੱਦਾਂ ਇਹ ਸਾਡੇ ਤੋਂ ਬਿਨਾਂ ਵੀ ਗੁਜ਼ਾਰਾ ਨਹੀਂਗਾ। ਐਂ ਵੀ ਦੋਗਲੀਆਂ ਗੱਲਾਂ ਮੈਂ ਗਾਉਣ ਵਾਲਿਆਂ ਨੂੰ ਪਹਿਲਾਂ ਬੇਨਤੀ ਕਰਦਾ, ਪਹਿਲਾਂ ਮੈਂ ਸ਼ਿੱਟ ਸਾਰੀ ਇੰਡਸਟਰੀ ਨੂੰ ਦਿੰਦਾ। ਐਂ ਵੀ ਚੱਡਿਆਂ 'ਚ ਪੂਛ ਲੈ ਕੇ ਬੈਠੇ ਯਾਰ, ਆਪਾਂ ਕਿੰਨਾ ਰੁਜ਼ਗਾਰ ਦਿੰਦੇ ਹਾਂ, ਕਿੰਨੇ ਢੋਲਕੀਆਂ ਬਾਜੀਆਂ ਵਾਲੇ, ਸਾਊਂਡ ਵਾਲੇ, ਡੀਜੇ ਵਾਲੇ, ਕਿੰਨੀ ਦੁਨੀਆ ਇੰਜੋਏ ਕਰਦੀ, ਕਿੰਨਿਆਂ ਦਾ ਘਰ ਪਲ ਰਹੇ ਆ ਯਾਰ। ਘੱਟੋ ਘੱਟ ਤੁਸੀਂ ਵੀ ਇਕੱਠੇ ਹੋ, ਲੋਕਾਂ ਨੂੰ ਦੱਸੋ ਯਾਰ ਇਹ ਵੀ ਇੱਕ ਮਹਿਕਮਾ ਆ, ਹੈ ਨਾ। ਸੋ ਇਸ ਕਰਕੇ ਮੇਰੀ ਬੇਨਤੀ ਆ, ਪਹਿਲਾਂ ਤਾਂ ਪੰਜਾਬੀ ਕਮਿਊਨਿਟੀ ਨੂੰ ਵੀ ਇੱਕਦਮ ਨਾ ਯਾਰ ਇੱਦਾਂ ਚੱਕ ਦਿਆ ਕਰੋ ਕੰਮ, ਥੋੜ੍ਹੀ ਵਾਲੀ ਉਹਦੀ ਭਾਵਨਾ ਹੋ ਸਕਦੀ। ਹੁਣ ਭਾਵਨਾ ਦੀ ਗੱਲ ਕਰੀਏ, ਮੈਂ ਗੀਤ ਫਿਲਮਾਇਆ ਸੀਗਾ ਆਪਣਾ ਦਸਤਾਰ ਹੈ ਤਾਂ ਸਰਦਾਰ, ਪ੍ਰਾਈਮ ਏਸ਼ੀਆ ਦੇ ਟਹਿਣੇ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਯਾਰ ਮੈਂ ਇੱਕ ਗੀਤ ਕੀਤਾ ਆਪਣੇ 'ਚ ਤੋਂ ਸਾਫ਼ ਸੁਥਰਾ, ਵੀ ਚੱਲ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਆਪਾਂ ਕੋਈ ਧਾਰਮਿਕ ਗੀਤ ਕਰਦੇ। ਕੋਈ ਕੰਪਨੀ ਕਰਨ ਨੂੰ ਤਿਆਰ ਨਹੀਂ ਸੀ, ਅੱਜ ਮੈਂ ਗੱਲ ਦੁਹਰਾਉਣਾ ਮੇਰੀ ਭਾਵਨਾ। ਹੁਣ ਦੇਖੋ ਉਹ ਮੈਂ ਗੀਤ ਬਾਜ ਲਿਆਂਦਾ ਉਸ ਗੀਤ 'ਚ, ਪਹਿਲਾਂ ਜਿੱਦਾਂ ਸ਼ੇਰ ਲਿਆਂਦਾ, ਫਿਰ ਅਜਗਰ ਲਿਆਂਦਾ, ਹੋਰ ਲਾਈਵ ਮੈਨੂੰ ਚਾਹੀਦਾ ਹੁੰਦਾ ਵੀ ਮੈਂ ਯਾਰ ਇੱਦਾਂ ਦੀ ਕੋਈ ਨਾ ਕੋਈ ਗੱਲ ਕਰਾਂ, ਹੈ ਨਾ, ਡੇ ਐਕਸਟਰਾ ਓਨਰੀ ਕਰੀਏ ਵੀ ਵੱਧ ਕਰਨਾ ਚਾਹੀਦਾ, ਸੇਮ ਤਾਂ ਸਾਰੇ ਕਰਦੇ ਆ। ਉਹ ਜਿਵੇਂ ਬਾਜ ਲੈ ਕੇ ਕਰ ਰਿਹਾ ਸੀ ਵੀਡੀਓ, ਉਹ ਯੂਟਿਊਬ 'ਤੇ ਹੈਗਾ ਮੇਰੇ ਖਿਆਲ, ਉਹਦੇ ਵਿੱਚ ਉਹ ਦੋ ਕੁ ਸਿੰਘ ਘੁਸਰ ਮੁਸਰ ਕਰਦੇ ਸੀ। ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਹਾਂਜੀ ਸਿੰਘ ਸਾਹਿਬ ਵੀ ਸਾਰਾ ਸੁੱਖ ਸਾਂਦ ਆ, ਵੀ ਠੀਕ ਆ, ਨਹੀਂ ਕਹਿੰਦੇ ਯਾਰ ਤੂੰ ਗੁਰੂ ਸਾਹਿਬ ਦੀ ਰੀਸ ਕਰ ਰਿਹਾ। ਉਹ ਮੈਂ ਕਿਹਾ ਯਾਰ ਮੇਰੀ ਭਾਵਨਾ ਤਾਂ ਸੁਣ ਲਓ, ਮੈਂ ਇਹ ਵੀਡੀਓ ਬਣਾ ਰਿਹਾ, ਚਲੋ ਤੁਸੀਂ ਕਹਿ ਤਾ, ਪਰ ਮੇਰੀ ਭਾਵਨਾ ਇਹ ਆ ਇਹ ਵੀ ਮੈਂ ਗੁਰੂ ਸਾਹਿਬ ਦੀ ਜਿਹੜੀ ਰੀਸ ਦੀ ਤੁਸੀਂ ਗੱਲ ਕੀਤੀ ਆ, ਰੀਸ ਤਾਂ ਉਹਦੀ ਮੈਂ ਇੱਕ ਜਨਮ ਕੀ, ਮੈਂ 1000 ਜਨਮ ਨਹੀਂ ਕਰ ਸਕਦਾ, ਅਤੇ ਹੋਰ ਕਿਹੜਾ ਪੰਜਾਬੀ ਆ ਜਿਹੜਾ ਨਿਤਨੇਮੀਆਂ ਕਵੇ ਹੈਕ ਤਾਣ ਕੇ ਮੈਂ ਗੁਰੂ ਸਾਹਿਬ ਦੀ ਰੀਸ ਕਰ ਸਕਦਾ? ਕਰ ਲੂੰ ਕੋਈ ਰੀਸ ਗੁਰੂ ਸਾਹਿਬ ਦੀ? ਅਤੇ ਮੈਂ ਕੌਣ ਹੁੰਦਾ ਹਾਂ, ਮੈਂ ਕਿੱਦਾਂ ਰੀਸ ਕਰ ਲੂੰ ਯਾਰ? ਕਿਸੇ ਦੀ ਭਾਵਨਾ ਹੁੰਦੀ ਉਹ, ਜੇ ਉਹਨਾਂ ਨੇ ਕਹਿਤਾ ਕਹਿਣਾ, ਮੇਰਾ ਖਿਆਲ ਆ ਵੀ ਮੇਰਾ ਅੰਦਰਲੀ ਆਤਮਾ ਇਹ ਕਹਿ ਰਹੀ ਵੀ ਜਿੱਦਾਂ ਉੱਥੇ ਮੇਰੇ ਵੀਡੀਓ 'ਤੇ ਹੋਇਆ, ਮਾਨ ਸਾਹਿਬ ਉਹ ਕੋਈ ਰੱਬ ਤਾਂ ਹੈ ਨਹੀਂ ਗੇ, ਉਹਨਾਂ ਕੋਲੋਂ ਕਹਿਣਾ ਤਾਂ ਉਹਨੇ ਸੀ ਵੀ ਇਹ ਲਿੰਕ ਭਾਸ਼ਾ ਹੋਣੀ ਚਾਹੀਦੀ ਆ, ਹੈ ਨਾ। ਚਲੋ ਆਪਾਂ ਦੁਬਾਰਾ ਵੀ ਪੁੱਛ ਲੈਂਦੇ, ਹੋ ਸਕਦਾ ਉਹ ਦੁਬਾਰਾ ਜੇ ਕਹਿ ਵੀ ਹੋ ਗਿਆ ਹੋਊਗਾ ਤਾਂ ਬੰਦਾ ਥੋੜ੍ਹਾ ਯਾਰ ਦੁਬਾਰਾ ਸੋਚ ਵੀ ਲੈਂਦਾ, ਚਾਹੇ ਫੋਰਮੈਲਿਟੀ ਸ਼ਬਦ ਆ ਡਿਕਸ਼ਨਰੀ ਦਾ, ਚਾਹੇ ਉਹ ਫੋਰਮੈਲਿਟੀ ਪੂਰੀ ਕਰ ਲੈਂਦੇ ਇਹ ਗੱਲ ਕਹਿ ਕੇ, ਭਾਵੇਂ ਉਹਨਾਂ ਤੋਂ ਜੇ ਇਸ ਵੀ ਲਹਿਜੇ 'ਚ ਜਾਣੇ ਅਣਜਾਣੇ 'ਚ ਕਹਿ ਹੋ ਗਿਆ। ਤੁਸੀਂ 5 ਬੰਦੇ ਸੀਨੀਅਰ ਵਿੱਚ ਇਹ ਭਾਈ ਸਾਹਿਬ ਜਾਂਦੇ ਜਿਹੜੇ ਚਰਨਜੀਤ ਸਿੰਘ ਆ, ਇਹ ਵੀ ਨਾਲ ਜਾਂਦੇ, ਉੱਥੇ ਪ੍ਰਮੋਟਰ ਨੂੰ ਪੁੱਛਦੇ ਵੀ ਮਾਨ ਸਾਹਿਬ ਨੂੰ ਮਿਲਣਾ, ਨਹੀਂ ਤਾਂ ਕੱਲ੍ਹ ਨੂੰ ਯਾਰ ਰੌਲਾ ਪਊਗਾ। ਉੱਥੇ ਮੇਰਾ ਖਿਆਲ ਹੈ ਵੀ ਇਹ ਗੱਲ ਹੋਣੀ ਨਹੀਂ ਸੀ, ਐਡਾ ਵਿਵਾਦ, ਐਡੇ ਲੈਜੈਂਟ ਬੰਦੇ ਨੂੰ ਤੁਸੀਂ ਉਹਨੂੰ ਖੇਖਣ ਕਰਕੇ ਰੱਖਦਾ ਯਾਰ ਬਿਨਾਂ ਗੱਲ ਤੋਂ, ਹੈਂ।
ਉਹਨੂੰ ਪੁੱਛਦੇ ਜੇ ਉਹ ਫਿਰ ਰੜੀ ਕਰਦਾ ਫਿਰ ਤੁਸੀਂ ਪ੍ਰੋਟੈਸਟ ਕਰ ਲੈਂਦੇ। ਉਹਦਾ ਸਟੈਪ ਅਗਲਾ ਸੀ ਪ੍ਰੋਟੈਸਟ ਦਾ, ਤੁਸੀਂ ਆਪਣਾ ਸੀਨਾ ਚੌੜਾ ਕਰਕੇ ਚੱਲ ਗਏ। ਸਰਦਾਰ ਬੰਦਾ ਇਹਦਾ ਮਤਲਬ ਇਹ ਥੋੜ੍ਹਾ ਵੀ ਸਰਦਾਰ ਹਰੇਕ ਨਾ ਜਾ ਕੇ ਬਿਨਾਂ ਗੱਲ ਤੋਂ ਜੱਬ ਪਾ ਲੂਗਾ, ਖਲਜਗਣ ਪਾ ਦੂਗਾ, ਘਸਮਾਣ ਪਾ ਦੂਗਾ, ਉਹ ਜਾ ਕੇ ਉਦੋਂ ਉਹਦਾ ਸਿਚੁਏਸ਼ਨ ਜੇ ਮਾਨ ਸਾਹਿਬ ਨਾ ਮੰਨਦੇ ਹੈ ਨਾ, ਫਿਰ ਜਾ ਕੇ ਜੇ ਉਹ ਹੁਣ ਸੀਨਾ ਤਾਣ ਕੇ ਗਿਆ ਤਾਂ ਫਿਰ ਉੱਥੇ ਝੱਲਣੀ ਵੀ ਪੈਣੀ ਸੀ। ਮੋਹਰੇ ਉਹਨੇ ਮੈਂ ਪਹਿਲਾਂ ਦੱਸਿਆ ਵੀ ਕੰਨੜ ਜਗਾੜ ਨਹੀਂ ਕੱਢੀ ਉਹਨੇ, ਪੰਜਾਬੀ 'ਚ ਕੱਢੀ ਆ। ਸੋ ਬੇਨਤੀ ਆ ਸਾਰਿਆਂ ਨੂੰ, ਇਹ ਇੱਕ ਸਟੇਜ ਹੁੰਦੀ ਆ, ਉੱਦਾਂ ਹੀ ਤੁਸੀਂ ਯਾਰ ਸਾਨੂੰ ਕੰਜਰ ਕੁੱਤੇ ਦੱਲੇ ਆ ਮੈਨੂੰ ਹੁਣ ਮੈਂ ਤਾਂ ਵੀ ਸੋਚਦਾ ਮੇਰਾ ਕਿਸੇ ਨੇ ਪਾ ਤਾ ਗੁਰਦਾਸ ਮਾਨ ਜਿੰਦਾਬਾਦ, ਉਹ ਮੇਰੇ ਕੋਈ ਸਟੇਜ ਦਾ ਪ੍ਰੋਗਰਾਮ ਪਾਇਆ ਸੀਗਾ ਵੀ ਗੁਰਦਾਸ ਮਾਨ ਜਿੰਦਾਬਾਦ ਹੈ, ਉਹਦੇ ਥੱਲੇ ਮੈਨੂੰ 150 ਗਾਲ ਕੱਢਤੀ, ਮੈਨੂੰ ਪਤਾ ਵੀ ਨਹੀਂ ਮੈਨੂੰ ਸਵੇਰੇ ਕਿਸੇ ਦੇ ਭਾਅ ਜੀ ਤੁਸੀਂ ਆਹ ਬਿਆਨ ਕਦੋਂ ਤਾਂ, ਮੈਂ ਕਿਹਾ ਦਿੱਤਾ ਨਹੀਂ ਹੁਣ ਮੈਂ ਦੇਣ ਲੱਗਾ ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਆਉਣਾ ਨਹੀਂ ਚਾਹੁੰਦਾ। ਅਗਲੇ ਕਹਿੰਦੇ ਵੀ ਇਹ ਯਾਰ ਸਟੰਟ ਆ, ਪਿੱਛੇ ਸਾਡੇ ਗਾਉਣ ਵਾਲਿਆਂ ਨੇ, ਇਹ ਵੀ ਗੱਲ ਝੂਠੀ ਨਹੀਂ ਵੀ ਗਾਉਣ ਵਾਲਿਆਂ ਨੇ ਪਤਾ ਨਹੀਂ ਰੈਈ ਕੀਤੀ ਹੁੰਦੀ ਆ ਵੀ ਚੱਲ ਯਾਰ ਚਾਰ ਗਾਲਾਂ ਤੂੰ ਮੈਨੂੰ ਕੱਢ ਦਈ, ਚਾਰ ਮੈਂ ਤੈਨੂੰ ਕੱਢ ਦੂੰ, ਇਹ ਲੋਕ ਤਮਾਸ਼ਾ ਦੇਖ ਕੇ ਆਪਾਂ ਪੰਪ ਅੱਪ ਤਾਂ ਹੋਈਏ। ਉਹ ਦੋ ਤਿੰਨ ਰੰਮੀ ਅਤੇ ਐਲੀ ਦੇ ਉਹ ਪਤਾ ਲੱਗ ਗਿਆ ਉੱਥੇ, ਉਹ ਵਿਚਾਰੇ ਦੇ ਕੁੱਟ ਪੈ ਗਈ ਹੈ ਬਿਨਾਂ ਗੱਲ ਤੋਂ। ਹੋ ਸਕਦਾ ਉਹ ਕਨੇਡਾ ਸਟਾਈਲ ਨਾ ਆਇਆ ਹੋਵੇ, ਉਹ ਪੁਲਿਸ ਹੋਰ ਹੁੰਦੀ ਵੀ ਚੱਕ ਕੇ ਲੈ ਜਾਂਦੀ ਰਾਤ ਨੂੰ, ਅੱਧੀ ਕੁ ਰਾਤੇ ਰਿਲੀਜ਼ ਕਰ ਦਿੰਦੀ ਆ, ਇੱਥੇ ਅਗਲੇ ਫਿਰ ਪਟਾ ਚਾੜਦੇ ਆ, ਤੁਸੀਂ ਸਮਝਦੇ ਆ ਨਾ ਸਾਰੀ ਗੱਲ। ਉਹ ਕਹਾਣੀ ਜਿਹੜੀ ਅੰਡਰਸਟੂਡ ਹੋਣੀ ਚਾਹੀਦੀ, ਅਸੀਂ ਪੰਜਾਬੀ ਹਾਂ, ਸਾਡੀ ਪੰਜਾਬੀ ਨੂੰ ਇਕਮੁੱਠ ਹੋਣਾ ਚਾਹੀਦਾ। ਆ ਜਿੱਦਾਂ ਹੁਣ ਸਾਡੀ ਪੰਜਾਬੀ ਦੀ ਯਾਰ ਸਿੱਖੀ ਨੂੰ ਸਿੱਖਾਂ ਨੇ ਤਬਾਹ ਕੀਤਾ ਸਾਰਿਆਂ ਨੇ, ਆ ਜਿਹੜਾ ਦੇਖ ਲਓ 20 ਕੁ ਸੰਪਰਦਾਈ ਆ, ਕੋਈ ਨਰਮ ਖਿਆਲੀ, ਕੋਈ ਗਰਮ ਖਿਆਲੀ, ਕੋਈ ਸ਼ਰਮ ਖਿਆਲੀ, ਟਕਸਾਲੀ, ਆ ਸੰਪਰਦਾ ਵਾ ਆਹਾ ਆਹਾ, ਯਾਰ ਅਸੀਂ ਕਿੱਥੇ ਜਾਣਾ, ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਅਸੀਂ ਪੰਜਾਬ 'ਚ ਖੜ੍ਹੇ ਹਾਂ, ਕੀ ਸਾਨੂੰ ਹੁਣ ਤੁਸੀਂ ਛੇਕ ਦਿਓਗੇ, ਛੇਕ ਦਿਓ, ਛੇਕਣਾ ਧਰਮ 'ਚੋਂ ਛੇਕ ਦਿਓ, ਪੰਜਾਬ 'ਚੋਂ ਛੇਕ ਦਿਓ, ਕਿੱਥੇ ਮਰ ਜਾਈਏ ਅਸੀਂ ਜਾ ਕੇ। ਇੱਦਾਂ ਗੱਲਾਂ ਸੁਣੀ ਜਾਈਏ, ਸਾਡੀਆਂ ਰਾਗਾਂ 'ਚ ਜਿਹੜਾ ਖੂਨ ਦੌੜਦਾ, ਆ 200 ਇੱਟ ਮੈਂ ਰੱਖੀ ਕੋਠੇ, ਉਹ ਦਿਖਾ ਜਿਹੜਾ ਕੋਠਾ ਇਹਨਾਂ ਨੂੰ, ਕੋਈ ਆਊਗਾ ਬਿਨਾਂ ਗੱਲ ਤੋਂ ਸਾਲਾ ਸਿਰ ਪਾੜ ਦਊ ਮੈਂ ਬਿਨਾਂ ਗੱਲ ਤੋਂ। ਤੁਸੀਂ ਕੰਜਰ ਦੱਲੇ ਉੱਦਾਂ ਹੀ ਭੌਂਕੀ ਜਾਂਦੇ ਕੁੱਤਿਆਂ ਵਾਂਗੂ, ਕੋਈ ਸਾਲੀ ਯਾਰ ਕੋਈ ਲਿਮਿਟ ਹੁੰਦੀ ਆ ਨਾ, ਸਾਡੇ ਤੋਂ ਬਿਨਾਂ ਜੀਣਾ ਵੀ ਨਹੀਂ ਤੁਹਾਡਾ, ਜਾਓ ਅੱਧਾ ਪੰਜਾਬ ਸਾਡੇ ਨਾਲ ਆ, ਜਾਂ ਸਵੇਰ ਨੂੰ ਦਿਖਾ ਦਿੰਦੇ ਆ ਜਾਓ ਖੜ ਜਾਓ ਜਿਹਨੇ ਖੜਨਾ ਆ ਕੇ, ਆ ਸਾਡੀ ਵੀ ਕੋਈ ਅਮੇਜ ਆ ਨਾ। ਉਹ ਬਾਕੀ ਗਾਉਣ ਵਾਲਿਆਂ ਨੂੰ ਫਿਰ ਮੈਂ ਕਹਿੰਦਾ ਤੁਸੀਂ ਜੇ ਕੰਜਰੇ ਆ ਤਾਂ ਫਿਰ ਚੱਡਿਆਂ 'ਚ ਪੂਛਾਂ ਲੈ ਕੇ ਬੈਠੇ ਰਹੋ, ਨਹੀਂ ਤਾਂ ਬੰਦਿਆਂ ਵਾਂਗੂ ਮਾਨ ਸਾਹਿਬ ਲਈ ਆਪਾਂ ਪੰਜਾਬੀਆਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਯਾਰ ਪੰਜਾਬੀਓ ਸਾਡੇ ਬੜੇ ਭਾਈ ਤੋਂ ਗਲਤੀ ਹੋ ਗਈ ਆ, ਜਿਹੜੀਆਂ ਗਾਇਕਾਵਾਂ ਆ ਗਾਇਕ ਆ ਸਾਰੇ ਰਾਈਟਰ ਆ ਜਾਣ ਇੱਕ ਪਾਸੇ, ਤੁਸੀਂ ਉਦੋਂ ਤਲੇ ਚੱਟਣ ਨੂੰ ਫਿਰਦੇ, ਤੁਹਾਨੂੰ ਫੋਟੋ ਖਿਚਾਉਣ ਨੂੰ ਨਹੀਂ ਮੌਕਾ ਮਿਲਦਾ। ਗਾਉਣ ਵਾਲਿਆਂ ਦੀ ਗੱਲ ਕਰਦਾ ਮੈਂ, ਇਸ਼ੂ ਤਾਂ ਤੁਸੀਂ ਬਾਕੀਆਂ ਨੇ ਝੱਟ ਬਣਾ ਲੈਣਾ। ਬਾਕੀ ਆ ਹੁਣ ਜਿਹੜਾ ਸਿੱਖੀ ਲਈ ਆ ਮੈਂ ਗੱਲ ਕਰਦਾ ਸੀ, ਵਿੱਚ ਹੋਰ ਪਾਸੇ ਚਲ ਗਈ, ਆ ਸਾਡੀ ਸਿੱਖੀ ਦੀ ਤਬਾਹੀ ਹੋ ਰਹੀ ਆ, ਸੰਪਰਦਾ ਮਾਇਆ ਆ ਨਰਮ ਖਿਆਲੀ ਗਰਮ ਖਿਆਲੀ, ਉਹ ਕਿਹੜੇ ਖਿਆਲੀ ਆ ਤੁਸੀਂ, ਚੰਗੇ ਖਿਆਲੀ ਤਾਂ ਤੁਸੀਂ ਹੈ ਹੀ ਨਹੀਂ ਗੇ, ਚੰਗੇ ਖਿਆਲੀ ਨਹੀਂ ਗੇ ਤੁਸੀਂ, ਕਿਉਂਕਿ ਧਰਮ ਦੇ ਜੱਖਣਾ ਪੱਟੀ ਪਈ ਆ, ਜਦੋਂ ਦੇਖਦੇ ਉਦੋਂ ਪੱਗ ਲਾ ਦਿੰਦੇ ਆ, ਜਦੋਂ ਦੇਖਦੇ ਆ ਤੁਸੀਂ ਇੱਦਾਂ ਅੱਧੇ ਲੋਕ ਵਿਛੜ ਜਾਣੇ ਆ ਤੁਹਾਡੇ ਨਾਲੋਂ। ਮਿਹਨਤਿਆ ਤੁਹਾਡੇ ਅੱਗੇ ਭਰਾਵੋ, ਖਿਆਲ ਕਰਿਆ ਕਰੋ ਜਦੋਂ ਕੋਈ ਗੱਲ ਦਿਆਂ, ਉੱਦਾਂ ਹੀ ਨਾ ਠੋਕਦੇ ਰਾਜ ਮੈਨੂੰ 150 ਗਾਲ ਪਈ ਆ ਪਹਿਲਾਂ, ਮੈਨੂੰ ਪਤਾ ਵੀ ਨਹੀਂ ਮੈਂ ਆਪਣੇ ਘਰ ਸੁੱਤਾ ਪਿਆ ਹਾਂ, ਉੱਥੇ ਕਿਸੇ ਨੇ ਗੁਰਦਾਸ ਮਾਨ ਜਿੰਦਾਬਾਦ, ਯਾਰ ਗੁਰਦਾਸ ਮਾਨ ਜਿੰਦਾਬਾਦ ਆ, ਪੰਜਾਬੀ ਵੀ ਜਿੰਦਾਬਾਦ ਆ। ਮੈਂ ਦੋਗਲੀ ਗੱਲ ਨਹੀਂ ਕਰਦਾ, ਮੈਂ ਪੰਜਾਬੀ ਹਾਂ, ਮੈਂ ਤੁਹਾਨੂੰ ਪਹਿਲਾਂ ਗੱਲ ਨਿਬੇੜਤੀ ਬਈ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਂ ਅਗਲੇ ਜਨਮ ਆਊਗੀ ਜੇ ਮੈਂ ਸਿੱਖਣੀ ਚਾਹਵਾਂ, ਹਿੰਦੀ ਮੈਨੂੰ ਨਹੀਂ ਆਉਂਦੀ, ਆ ਮੇਰੇ ਖੂਹ 'ਤੇ ਆ 50 ਬੰਦੇ ਆ ਮੇਰੇ ਖੂਹ 'ਤੇ, ਕੋਈ ਨਹੀਂ ਹਿੰਦੀ ਬੋਲ ਸਕਦਾ ਯਾਰ, ਐਡਾ ਵੀ ਅਸੀਂ ਅਨਐਜੂਕੇਟ ਨਹੀਂ। ਮੇਰੇ ਪਰਿਵਾਰ ਦਾ ਨਾਂ ਆ ਕੇ ਐੱਸ ਮੱਖਣ ਕਰਕੇ, ਮੈਂ ਪੋਲੀਟਿਕਸ 'ਚ ਵੀ ਪੈਰ ਰੱਖਦਾ, ਮੈਂ ਜ਼ੁਰਤ ਵੀ ਰੱਖਦਾ ਹਾਂ, ਮੈਂ ਗਾਇਕ ਵੀ ਹਾਂ, ਆਲਰਾਊਂਡਰ ਬੰਦੇ ਵੀ ਘੱਟ ਹੁੰਦੇ ਆ,
ਬਟ ਅਸੀਂ ਕਿੱਥੇ ਚਲ ਜਾਈਏ ਹੁਣ? ਹਮਕੋ ਤੁਮਕੋ ਕਰਨਾ ਪੈਂਦਾ। ਜਿਹੜੇ ਹੁਣ ਪਾਰਲੀਮੈਂਟ ਆ ਨਾ, ਆ ਜਿਹੜੇ 13 ਕੈਂਪੀ ਬਣੇ ਆ, ਤੁਹਾਡੇ ਕੋਲ ਕੈਨੇਡਾ ਆ ਜਾਣ, ਤੁਹਾਨੂੰ ਇੱਦਾਂ ਪੈਰ ਗਾਲਾਂ ਤੁਸੀਂ ਚੱਟਣ ਨੂੰ ਫਿਰਨਾ ਤਾਂ ਤੁਸੀਂ ਡੰਡੌਤ ਕਰਨ ਦੇ ਫਿਰਨਾ, ਪਤਾ ਤੁਹਾਨੂੰ ਹੈ ਨਾ, ਤੁਸੀਂ ਚਾਪਲੂਸ ਆ। ਹੁਣ ਸਾਡੇ ਵਰਗਿਆਂ ਜਿਹੜਾ ਬੰਦਾ ਕੋਈ ਨਿਮਰਤਾ ਨਾਲ ਰਹਿੰਦਾ, ਤੁਸੀਂ ਰਹਿਣ ਨਹੀਂ ਦਿੰਦੇ ਯਾਰ, ਨਿਮਰਤਾ ਨਾਲ ਕੋਈ ਰਹਿਣ ਕਿਸੇ ਨੂੰ ਟੈਕ ਲੈਣ ਦਾ, ਉਹਨੂੰ ਪੁੱਛ ਲਓ ਇੱਕ ਵਾਰੀ ਤੂੰ ਬਈ ਇਹ ਜਾਣ ਬੁੱਝ ਕੇ ਕਰਦਾ ਕਿ ਜਾਂ ਤੇ ਤੂੰ ਅਣਜਾਣਪੁਣੇ 'ਚ ਹੋ ਗਿਆ ਯਾਰ। ਕੋਈ ਕਹਾਣੀ ਆ ਕਿ ਕਿਹੜੀ ਤੁਹਾਡੀ ਫਿਲੋਸਫੀ ਆ ਯਾਰ, ਕਿਹੜੇ ਤੁਸੀਂ ਬੁੱਧੀਜੀਵ ਆ? ਆ ਦੋ ਕੁ ਪ੍ਰਚਾਰਕ ਬੇਵਕੂਫ ਜਿਹਾ, ਹੁਣ ਸਾਨੂੰ ਵੀ ਕਹਿਣਾ ਪੈਣਾ ਆ, ਉੱਦਾਂ ਹੀ ਚੱਕ ਕੇ ਤੁਸੀਂ ਠੋਕੀ ਜਾਂਦੇ ਆ ਜੀ, ਇਹ ਕੰਜਰ ਆ, ਇਹਨਾਂ ਨੇ ਮਾਹੌਲ ਖਰਾਬ ਕਰਨਾ। ਸਰ ਗੁਰਦਾਸ ਮਾਨ ਤੋਂ ਵਧੀਆ ਤਾਂ ਸਿੰਗਰੇ ਕੋਈ ਹੈ ਨਹੀਂ ਯਾਰ, ਸਾਡੇ ਵਰਗਿਆਂ ਤੋਂ ਤੁਸੀਂ ਕਹਿ ਵੀ ਸਕਦੇ ਹੋਰ ਦੋ ਚਾਰ ਕੋਈ ਹੈਗੇ? ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਦੁਨੀਆ ਕਹਿੰਦੀ ਆ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ, ਗਾਉਣ ਵਾਲੇ ਇੱਕੋ ਜਿਹੇ ਨਹੀਂ, ਸਪੋਰਟਸਮੈਨ ਇੱਕੋ ਜਿਹੇ ਨਹੀਂ, ਪੋਲੀਟੀਸ਼ੀਅਨ ਇੱਕੋ ਜਿਹੇ ਨਹੀਂ, ਹੋਰ ਕੋਈ ਕਿਸੇ ਪਬਲਿਕ ਇੱਕੋ ਜਿਹੇ ਨਹੀਂ ਯਾਰ। ਸੋ ਬੇਨਤੀ ਆ ਸਾਨੂੰ ਆਪਣੀ ਜ਼ਿੰਦਗੀ ਜੀਣ ਦਿਓ, ਗਲਤੀ ਕਰਦੇ ਸਾਨੂੰ ਇੱਕ ਵਾਰੀ ਆ ਕੇ ਸਮਝਾ ਸਕਦੇ ਕੋਈ? ਕਿਹੜੀ ਕਮੈਂਟ 'ਚ ਕਿਹੜੇ ਬੰਦੇ ਆ ਸਾਨੂੰ ਸਮਝਾਉਣ ਵਾਲੇ? ਪਹਿਲਾਂ ਤਾਂ ਮੈਨੂੰ ਉਹ ਨਹੀਂ ਪਤਾ ਲੱਗਦਾ ਕੋਈ ਆ ਕੇ ਕਿਸੇ ਨੂੰ ਬੇਨਤੀ ਕਰੇ, ਬੇਨਤੀ ਨਹੀਂ ਕਵੇ ਵੀ ਯਾਰ ਤੁਸੀਂ ਆਓ ਵੀ ਆ, ਪੰਜਾਬੀ ਕਮਿਊਨਿਟੀ ਦਾ ਮਾਮਲਾ ਆ, ਹੈ ਨਾ, ਅਸੀਂ ਵੀ ਕਿਸੇ ਨੂੰ ਯਾਰ ਕੋਈ ਕਰਦਾ, ਅਸੀਂ ਹੁਣ ਪਬਲਿਕ ਨੂੰ ਸਾਨੂੰ ਤਾਂ 150 ਗਾਲ ਪੈਂਦੀ ਆ ਮੂਹਰਿਓਂ, ਹੈ ਨਾ, ਫਿਕਰ ਕਿਹਨੂੰ ਕਹੀਏ? ਅਸੀਂ ਬੈਠੇ ਸੀ ਚੁੱਪ ਕਰਕੇ, ਆ ਮੈਂ ਰਾਤੀ ਦੇਖਿਆ ਮੈਨੂੰ ਉੱਦਾਂ ਹੀ ਬਿਨਾਂ ਗੱਲ ਤੋਂ 150-200 ਗਾਲ ਕਿਸੇ ਨੇ ਲਿਖਤਾ ਵੀ ਗੁਰਦਾਸ ਮਾਨ ਜ਼ਿੰਦਾਬਾਦ, ਬਈ ਕੇ ਐਸ ਮੱਖਣ ਉਹ ਲਾਈਵ ਸ਼ੋਅ ਕੋਈ ਚੱਲ ਰਿਹਾ ਉੱਦਾਂ ਹੀ ਫੱਟੇ ਚੱਕਦੇ, ਹੈਂ, ਇਹ ਕਿਹੜਾ ਪੰਜਾਬੀ ਦਾ ਸਬੂਤ ਆ ਵੀ ਬਹੁਤ ਤੁਸੀਂ ਬਈ ਗਰਮ ਖਿਆਲੀ, ਤੁਹਾਡੀਆਂ ਰਗਾਂ 'ਚ ਬਹੁਤ ਖੂਨ ਦੌੜਦਾ। ਹਾਂ ਮੇਰੇ ਕੋਲ ਹੁਣ ਕੋਈ ਆ ਕਈ ਨਾ ਮੈਂ ਮਾਰ ਮਾਰ ਪੁੱਠੇ ਕਰਦਾ, ਹੁਣ ਜੀ ਕਰਦਾ ਵੀ ਇੱਥੇ 4.5-4.5 ਲੱਖ ਬੰਦਾ ਦੇਖਦਾ ਆ, ਇਹਦੇ ਵਿੱਚ ਲੇਡੀਜ਼ ਵੀ ਹੋਣੀਆਂ, ਅਤੇ ਜੇ ਹੁਣ ਅਸੀਂ ਗੰਦੀ ਜ਼ੁਬਾਨ ਵਰਤੀ ਫਿਰ, ਵੈਸੇ ਤਾਂ ਮੈਂ ਗੱਲ ਕਰਦਾ 80% ਬੰਦੇ ਗਾਲ ਕੱਢ ਕੇ ਗੱਲ ਕਰਦੇ ਆ, ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ, ਇੱਥੇ ਪੰਜਾਬ 'ਚ ਬੈਠੇ ਆ। ਹੁਣ ਮੈਂ ਬੰਗਲਾ ਸਾਹਿਬ ਗੁਰਦੁਆਰੇ ਗਿਆ, ਉੱਥੇ ਹਿੰਦੀ 'ਚ ਲਿਖਿਆ ਇਹ ਵੱਡਾ ਸਿੱਖ ਆ, ਅਤੇ ਆ ਕੇ ਪਹਿਲਾਂ ਉਹਨੂੰ ਲਾਵੇ ਆਪਣੇ ਹੱਥੀਂ, ਪੁੱਛੇ ਨਾ ਕਿਹੜੀ ਕਮੇਟੀ ਨੂੰ, ਪੁੱਛੇ ਨਾ ਉਸ ਕਮੇਟੀ ਕਮੂਟੀ ਨੂੰ, ਆ ਕੇ ਲਾ ਦੇਵੇ ਪਾੜੇ ਉਹਨੂੰ ਪਰਚੇ ਨੂੰ। ਉੱਥੇ ਲੰਗਰ ਹਾਲ 'ਚ ਲਿਖਿਆ ਪੰਜਾਬੀ 'ਚ ਵੀ ਵੀ ਲੰਗਰ ਸਿੱਖ ਢਾ ਕੇ ਛਕੋ ਅਤੇ ਸ਼ਾਂਤੀ ਨਾਲ ਗੱਲਾਂ ਨਾ ਕਰੋ ਜੀ, ਉਹ ਹਿੰਦੀ 'ਚ ਵੀ ਲਿਖਿਆ ਆ, ਪੰਜਾਬੀ 'ਚ ਵੀ। ਜਿਹੜਾ ਯਾਰ ਇੱਥੋਂ ਪੰਜਾਬ ਤੋਂ ਬਾਹਰ ਜਾਣਾ ਉਹਨਾਂ ਨੇ ਮਾੜਾ ਮੋਟਾ ਹਮਕੋ ਤੁਮਕੋ ਕਰਨੀ ਪੈਣੀ। ਹੁਣ ਪਾਰਲੀਮੈਂਟ 'ਚ ਗਿਆ ਕਈ ਨੇਤਾ ਮੈਂ ਬੋਲਦੇ ਦੇਖੇ ਆ, ਹੈਂ, ਵੋਟਾਂ ਬਣਾਉਣ ਦੀ ਖਾਤਰ ਆ ਇਹ ਸਾਰਾ ਕੁਛ ਪੰਜਾਬੀ ਮਾਮਲੇ। ਮੈਂ ਤਾਂ ਇਹ ਪੁੱਛਦਾ ਕਿਹੜਾ ਸਾੜਾ ਪੰਜਾਬੀ ਨੂੰ ਹਟਾ ਸਕਦਾ, ਕਿਹੜਾ ਅਟੈਕ ਕਰ ਸਕਦਾ? ਚਲੋ ਜੇ ਗ੍ਰਹਿ ਮੰਤਰੀ ਨੇ ਕਹਿਤਾ ਉਹਦੀ ਵੀ ਇਹ, ਉਹਨੇ ਕਿਹਾ ਵੀ ਰਾਸ਼ਟਰ ਦੀ ਭਾਸ਼ਾ ਇੱਕ ਹੋਣੀ ਚਾਹੀਦੀ, ਉਹਨੇ ਕਿਹਾ ਹੈ ਨਾ, ਉਹਦੇ ਵਿੱਚ ਉਹਨੂੰ ਲਿੰਕ ਭਾਸ਼ਾ ਕਹਿ ਦੇਣਾ ਚਾਹੀਦਾ ਸਾਨੂੰ ਜੇ ਅਸੀਂ ਕਹਿਣਾ ਵੀ ਆ। ਸਤਨਾਮ ਸਿੰਘ ਮਾਣਕ ਅਜੀਤ ਅਖਬਾਰ ਦੇ ਆ, ਮੈਂ ਰਾਤੀ ਉਹਨਾਂ ਨੂੰ ਸੁਣਦਾ ਸੀਗਾ, ਉਹਨਾਂ ਦੀ ਬੜੀ ਵਧੀਆ ਗੱਲ ਸੀਗੀ ਪੰਜਾਬੀ ਬੋਲੀ ਲਈ। ਉਹ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਉਹ ਹਿੰਦੂ ਆ ਕਿ ਸਿੱਖ ਆ, ਸਤਨਾਮ ਮਾਣਕ ਉਹਨਾਂ ਦਾ ਨਾਂ ਆ, ਅਜੀਤ ਅਖਬਾਰ ਦੇ ਵਿੱਚ ਉਹ ਮੇਨ ਸਟ੍ਰੀਮ ਦੇ ਵਿੱਚ ਆ, ਮੈਨੂੰ ਉਹਨਾਂ ਦੇ ਸਟੇਟਸ ਦਾ ਨਹੀਂ ਪਤਾ ਵੀ ਕੌਣ ਆ ਉਹ, ਲਾਈਕ ਸਤਨਾਮ ਮਾਣਕ ਜੀ ਬੜੀ ਅੱਛੀ ਸ਼ਖਸੀਅਤ ਆ ਪੰਜਾਬ ਦੀ, ਪੰਜਾਬੀ ਬੋਲੀ ਲਈ ਉਹ ਵਾਹਗਾ ਬਾਰਡਰ 'ਤੇ ਵੀ ਉੱਥੇ ਪ੍ਰੋਗਰਾਮ ਵੀ ਕਰਵਾਉਂਦੇ, ਗਾਉਣ ਵਾਲੇ ਵੀ ਜਾਂਦੇ ਉਹਨਾਂ ਦੇ ਕਹਿਣ 'ਤੇ। ਚਲੋ ਮੇਰੇ ਕਹਿਣ ਦਾ ਮਤਲਬ ਬਹੁਤ ਵੱਡਾ ਉਪਰਾਲਾ ਹੈ। ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਹੋ ਸਕਦਾ ਵੀ ਇਹ ਉਹਨਾਂ ਨੇ ਕਹਿਣਾ ਇੱਦਾਂ ਹੋਵੇ ਜਾਂ ਉਹਨਾਂ ਨੂੰ ਕਹਿਣਾ ਇੱਦਾਂ ਚਾਹੀਦਾ ਸੀ। ਹੁਣ ਇਹ ਤਾਂ ਨਹੀਂ ਹੈਗਾ ਵੀ ਇੱਕ ਭਲਵਾਨ ਆ ਅਤੇ ਉਹ ਗਾ ਚੰਗਾ ਲਊਗਾ, ਇੱਕ ਗਾਈ ਗਿਆ ਅਤੇ ਉਹ ਪੋਲੀਟਿਕਸ ਚੰਗੀ ਕਰ ਲਊ, ਇੱਕ ਪੋਲੀਟੀਸ਼ੀਅਨ ਆ ਤਾਂ ਉਹ ਕਬੱਡੀ ਵਧੀਆ ਖੇਡ ਲੂਗਾ ਨਾ।
ਇੱਦਾਂ ਨਹੀਂ ਹੋ ਸਕਦੀ, ਕੋਈ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਹੁੰਦੀ ਹੈ। ਅਸੀਂ ਯਾਰ ਇਨਸਾਨ, ਗਲਤੀਆਂ ਦਾ ਪੁਤਲਾ ਆ, ਗਲਤੀ ਹੋ ਜਾਂਦੀ। ਤੁਸੀਂ ਤਾਂ ਚੱਕ ਕੇ ਕੰਜਰ, ਦੁੱਲਾ, ਦੁੱਲਾ, ਪਤਾ ਨਹੀਂ ਕਿਹੜਾ ਕਿਹੜਾ ਸ਼ਬਦ ਵਰਤ ਦਿੰਦੇ ਆ ਜੋ ਤੁਹਾਡੇ ਮੂੰਹ ਆਉਂਦਾ ਆ। ਟੁੱਟੀ ਲੰਘ ਜਾਏ ਸਾਰੇ, ਤੁਸੀਂ ਵੀ ਤਾਂ ਇੱਦਾਂ ਹੀ ਆ ਫਿਰ, ਮੋਰਿਓ ਇੱਦਾਂ ਹੀ ਹੁੰਦਾ ਵੀ ਨਹਿਲੇ ਨੂੰ ਦਹਿਲਾ ਟੱਕਰਦਾ। ਮੈਂ ਤਾਂ ਇਹ ਬੇਨਤੀ ਕਰੂੰਗਾ, ਇਹ ਹੈਗਾ ਸੱਚ, ਗੱਲ ਮੈਂ ਸੱਚ ਦੇ ਨੇੜੇ ਦੀ ਕੀਤੀ ਆ, ਚਾਹੇ ਇਹਦੇ ਕਿਸੇ ਦੇ ਗਿੱਟੇ ਲੱਗੇ, ਚਾਹੇ ਗੋਡੇ ਲੱਗੇ। ਬਾਕੀ ਰਹੀ ਗੱਲ ਇਹ ਵੀ ਗੁਰਦਾਸ ਮਾਨ ਜ਼ਿੰਦਾਬਾਦ ਆ, ਗੁਰਦਾਸ ਮਾਨ ਜ਼ਿੰਦਾਬਾਦ ਆ, ਅਤੇ ਪੰਜਾਬੀ ਜ਼ਿੰਦਾਬਾਦ ਆ, ਅਤੇ ਪੰਜਾਬੀ ਸਾਡੇ ਵਿੱਚੋਂ ਕੋਈ ਕੱਢ ਨਹੀਂ ਸਕਦਾ। ਅਤੇ ਇਹ ਨਹੀਂ ਵੀ ਕੋਈ ਮੂੰਹ ਚੱਕੂ ਦਾ ਉਹ ਸਾਨੂੰ ਕਹਿ ਦੂ। ਬਾਕੀ ਮੈਂ ਤਾਂ ਕਲੀਅਰ ਵੀ ਕਰ ਦਿੱਤਾ ਵੀ ਜਿਹਨੇ ਸਾਨੂੰ ਪੰਜਾਬ 'ਚੋਂ ਛੇਕਣਾ ਜਾਂ ਸਾਨੂੰ ਧਰਮ 'ਚੋਂ ਛੇਕਣਾ ਫਿਰ ਛੇਕ ਦੇਵੇ, ਜਿਹਨੇ ਛੇਕਣਾ ਹੈ ਨਾ, ਫਿਰ ਸਾਡਾ ਜੋ ਰਵੱਈਆ ਹੋਊ ਅਸੀਂ ਉਹ ਦੇਖ ਲਵਾਂਗੇ। ਉੱਦਾਂ ਬਿਨਾਂ ਗੱਲ ਤੋਂ ਭਰਾਵੋ ਇੱਦਾਂ ਨਾ ਮੂੰਹ ਚੱਕ ਕੇ ਨਾਰਾ ਠੋਕਦਿਆ ਕਰੋ। ਇਹ ਗੁਰੂ ਮਹਾਰਾਜ ਨੇ ਜਿਹੜਾ ਨਾਰਾ ਅਤੇ ਜਕਾਰਾ ਸਾਨੂੰ ਦਿੱਤਾ, ਇਹ ਵੀ ਬਹੁਤ ਵੱਡੀ ਅਹਿਮੀਅਤ, ਇਹਨੂੰ ਥਾਂ ਟਿਕਾਣੇ 'ਤੇ ਲਾਇਆ ਕਰੋ। ਉੱਦਾਂ ਹੀ ਨਾ ਚੱਕ ਦਿਓ, ਪ੍ਰੋਗਰਾਮ ਚੱਲਦਾ, ਇੱਕ ਬੰਦੇ ਨੇ ਨਾਰਾ ਲਾਇਆ ਅਤੇ ਚਲੋ ਜੀ, ਮਗਰ 5-7 ਜਣੇ ਉਹ ਯਾਰ ਹਾਲ ਮੂਹਰੇ ਬੈਠਾ, ਲੋਕਾਂ ਨੇ ਟਿਕਟਾਂ ਲਾਈਆਂ, ਤੁਸੀਂ ਕੋਈ ਵੀ ਸਿਚੁਏਸ਼ਨ ਬਣਾਓ। ਅਤੇ ਇਹ ਮੈਂ ਬੇਨਤੀ ਕਰਨੀ ਸੀਗੀ। ਬਾਕੀ ਗਾਉਣ ਵਾਲਿਆਂ ਨੂੰ ਫਿਰ ਮੈਂ ਕਹਿੰਦਾ ਵੀ ਚੱਡਿਆਂ 'ਚੋਂ ਪੂਛ ਕੱਢੋ ਬਾਹਰ, ਇੱਕ ਮੁੱਠ ਹੋਵੋ, ਨਹੀਂ ਤਾਂ ਇੱਦਾਂ ਹੀ ਕੰਜਰ ਤਾਂ ਫਿਰ ਹੈਗੇ ਹੀ ਹੈਗੇ, ਕਹੀ ਜਾਂਦੇ ਲੋਕ, ਅਤੇ ਕਹਾਈ ਚੱਲੋ ਫਿਰ ਨਾਲ ਅਸੀਂ ਤੁਹਾਡੇ ਉੱਦਾਂ ਦੇ ਜਿੱਦਾਂ ਦੀ ਕੁੱਖ, ਉੱਦਾਂ ਦੇ ਬੱਚੇ, ਉੱਦਾਂ ਦੇ ਹੋ ਤੁਰਾਂਗੇ ਫਿਰ ਜਿੱਧਰ ਨੂੰ ਤੁਰਿਆ। ਬਾਕੀ ਮੈਂ ਸਿੱਖ ਸੰਸਥਾਵਾਂ ਨੂੰ, ਕਿਉਂਕਿ ਇਹਦੇ ਮੂਹਰੇ ਵੀ ਸਿੱਖ ਚਿਹਰੇ ਆਏ ਆ, ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਲੋਕਾਂ ਨੂੰ ਦੂਰ ਨਾ ਕਰੋ, ਨੇੜੇ ਕਰੋ। ਉਹਨਾਂ ਨੂੰ ਕਿਸੇ ਢੰਗ ਨਾਲ ਪਲੇਟ, ਅੱਜ ਤੁਸੀਂ ਟਾਰਾਂ ਮਾਰੀ ਜਾਂਦੇ ਆ ਉੱਥੋਂ ਬੈਠੇ ਪੰਜਾਬੀ, ਇੱਥੇ ਆਓ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ ਕਰੋ ਤਾਂ ਮੀਟਿੰਗਾਂ, ਜਿੱਥੇ ਜਿੱਥੇ ਸਾਈਨ ਲੱਗੇ ਆ ਹਿੰਦੀ 'ਚ ਲਾ ਕੇ ਆਓ, ਮੂਹਰੇ ਹੋਵੋ ਤੁਸੀਂ। ਅਸੀਂ ਮਗਰ ਤੁਰਦੇ ਹਾਂ, ਨਾਲ ਤੁਰਦੇ ਹਾਂ, ਮਗਰ ਵੀ ਨਹੀਂ ਨਾਲ ਤੁਰਾਂਗੇ, ਉੱਥੋਂ ਪਾੜੋ ਫਿਰ ਦੇਖੋ ਕਾਨੂੰਨ ਕੀ ਕਰਦਾ, ਆਪਾਂ ਸਾਰੇ ਚੱਲਾਂਗੇ। ਇੱਥੋਂ ਬੈਠੇ ਕਹੀ ਜਾਂਦੇ ਹਾਂ ਹਿੰਦੀ ਮਾਸੀ ਆ, ਫਲਾਨਾ ਆ, ਉਹ ਜੇ ਉਹਨੂੰ ਕਹਿਤਾ ਇੱਡਾ ਕੀ ਉਹਨੇ ਸੱਪ ਲੜਾ ਤਾ ਤੁਹਾਡੇ, ਹੈ ਨਾ। ਤੁਸੀਂ ਆ ਕੇ ਆਪ ਉੱਥੇ ਤੁਸੀਂ ਅੱਜ ਦਾ ਸਾਡੇ ਗਾਉਣ ਵਾਲੇ ਉੱਦਾਂ ਹੀ ਬੈਠੇ ਆ ਗੁੰਮ ਸੁੰਮ ਜਿਹਾ ਹੋਏ, ਉੱਦਾਂ ਤੁਸੀਂ ਇੱਥੇ ਨਾਰਾ ਛੱਡ ਦਿੰਦੇ, ਇੱਥੇ ਭੈਣ ਚੋ ਜਨਤਾ ਮਰਵਾ ਦੇਣੀ ਤੁਸੀਂ ਬਿਨਾਂ ਗੱਲ ਤੋਂ। ਆਓ ਅਸੀਂ ਖੜ੍ਹੇ ਹਾਂ ਨਾਲ, ਮੇਰਾ ਕਾਫਲਾ ਨਾਲ ਚੱਲੂ ਤੁਹਾਡੇ, ਜੇ ਨਾ ਤੁਰਾਂਗੇ ਤਾਂ ਕਿ ਉਹ ਪੰਜਾਬ 'ਚ ਖੜ੍ਹਾ, ਪੰਜਾਬ 'ਚ ਖੜ੍ਹਾ ਗੱਲ ਕਰਦਾ, ਨਾ ਤੁਰਾਂਗੇ ਤਾਂ ਕਿ ਉਹ ਲੱਗ ਜੇ ਜਿਹੜੀ ਸਾਲੀ ਫਾਂਸੀ ਲੱਗਣੀ। ਤੁਸੀਂ ਇੱਦਾਂ ਨਹੀਂ ਵੀ ਸਾਨੂੰ ਹੁਣ ਇੱਥੋਂ ਬੈਠੇ ਬਾਂਦਰ ਬਣਾ ਦਿਓਗੇ, ਇੱਥੋਂ ਬੈਠੇ ਨਾਰਾ ਛੱਡ ਦਿਓ, ਇੱਥੇ ਆਓ ਮੂਹਰੇ ਹੋ ਕੇ ਲਾਓ, ਨਾਲ ਤੁਰਾਂਗੇ। ਆ ਕਈ 'ਚੋਂ ਬਹਿਆਂ ਕੱਢ ਕੇ ਤੁਰੂੰਗਾ, ਕਈ 'ਚੋਂ ਬਹਿਆਂ ਕੱਢ ਕੇ ਤੁਰੂ ਨਾਲ ਵੀ, ਚਲੋ ਮੈਂ ਪਹਿਲਾਂ ਪਾੜੂੰਗਾ। ਆਓ ਕਿਸੇ ਦੀ ਦੱਸੇ ਤਾਂ ਸਹੀ, ਸਾਨੂੰ ਮੁੜ ਕੇ ਅਸੀਂ ਫਸ ਗਏ, ਫਿਰ ਕਿਹਨੇ ਪੁੱਛਣਾ ਜਦੋਂ ਕਿਸੇ 'ਤੇ ਵਿਪਤਾ। ਅਤੀਤ ਦੇ ਪਰਛਾਵੇਂ, ਆ ਅਤੀਤ ਦੇ ਪਰਛਾਵੇਂ ਪ੍ਰੋਗਰਾਮ ਕੱਢ ਕੇ ਦੇਖੋ ਲੋਕਾਂ ਦੇ ਬਾਲੇ ਹੈ ਨਹੀਂ ਗੇ, ਬਾਲੇ ਉਹਨਾਂ ਦੇ ਬਾਲੇ ਹੈ ਨਹੀਂ ਗੇ, ਘਾਹ ਉੱਗੇ ਪਏ ਕੋਠਿਆਂ 'ਤੇ ਜਿਹੜੇ ਸੰਘਰਸ਼ ਲਈ ਮਰੇ ਆ, ਉਹ ਤੁਹਾਡੀਆਂ ਗੱਲਾਂ 'ਚ ਆ ਗਏ। ਇੱਦਾਂ ਨਹੀਂ ਹੁਣ ਆਉਣਾ ਕਿਸੇ ਨੇ, ਆਓ ਇੱਥੇ ਗਰਾਊਂਡ ਬਣਾਓ, ਲੋਕਾਂ ਨੂੰ ਬੇਨਤੀ ਕਰੋ, ਲਾਮਬੰਦ ਕਰੋ, ਲਾਮਬੰਦ ਕਰੋ, ਗਰਾਊਂਡ ਬਣਾਓ। ਆਪਾਂ ਯਾਰ ਪਹਿਲਾਂ ਬੇਨਤੀ ਕਰੀਏ ਵੀ ਇਹ ਲਾਓ, ਅਸੀਂ ਪੰਜਾਬੀ ਹਾਂ, ਜਾਂ ਜਿਹੜੇ ਵੀ ਬੰਦੇ ਨੇ ਉੱਥੋਂ ਕੀਤਾ ਉਹਨਾਂ ਨੂੰ ਜਾ ਕੇ ਬੇਨਤੀ ਕਰੋ, 10 ਬੰਦੇ ਮੋਹਰੀ ਹੋਵੋ, ਉੱਥੇ ਜਾ ਕੇ ਸੈਂਟਰ 'ਚ ਗੱਲ ਕਰੋ ਜੀ। ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਸਾਡਾ ਪੰਜਾਬ ਆ, ਦੂਜੇ ਵੀ ਦੂਜੀਆਂ ਸਟੇਟਾਂ ਨੂੰ ਨਾਲ ਲਵੋ, ਆ ਕੇ ਕੋਈ ਬੇਨਤੀ ਕਰੋ। ਤੁਸੀਂ ਤਾਂ ਉੱਦਾਂ ਹੀ ਛੱਡ ਦਿੰਦੇ ਜਗਾਰਾ, ਬੋਲੇ ਹੀ ਸੌ ਨਿਹਾਲ ਕਹਿ ਕੇ, ਪਤਾ ਹੁੰਦਾ ਨਹੀਂ ਕਹਿਣਾ ਕਰਨਾ ਕੀ ਆ, ਕਿੱਥੇ ਜਾਣਾ, ਹੈ ਨਾ। ਜੇ ਕਿਸੇ ਨੂੰ
ਬਾਹਲੀ ਤੰਗੀ ਹੋਵੇ ਤਾਂ ਉਹ ਮੇਰੇ ਨਾਲ ਆ ਕੇ ਇੱਥੇ ਗੱਲ ਕਰ ਸਕਦਾ, ਮੈਨੂੰ ਸੱਦ ਸਕਦਾ ਵੀ ਭਾਈ ਤੂੰ ਬੋਲਿਆ, ਮੈਂ ਗੱਲ ਬੈਠ ਕੇ ਟੇਬਲ 'ਤੇ ਕਰਨੀ ਚਾਹੁੰਦਾ ਵੀ ਸਾਨੂੰ ਦੱਸੋ ਅਸੀਂ ਕਿੱਧਰ ਨੂੰ ਜਾਈਏ, ਤੁਸੀਂ ਸਾਨੂੰ ਸੱਭਿਆਚਾਰ ਲਈ ਪ੍ਰੇਰਿਤ ਕਰ ਸਕਦੇ ਹਾਂ, ਕੋਈ ਕਲਾਸਿਸ ਹੋਣੀਆਂ ਚਾਹੀਦੀਆਂ ਹੈ, ਕੋਈ ਹਰ ਤਰ੍ਹਾਂ ਦੀ ਮੀਡੀਆ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ। ਉੱਦਾਂ ਹੀ ਐਵੇਂ ਦੁੱਕੀ ਤਿੱਕੀ ਉੱਠ ਕੇ ਮੀਡੀਆ ਵਾਲਾ ਵੀ ਚੱਕ ਦਿੰਦਾ ਜੀ, ਉਹਨੇ ਐਂ ਕਰ ਦਿੱਤਾ, ਉਹ ਟਾਈਟਲ ਕੀ ਬਣਾਇਆ KS ਮੱਖਣ ਨੇ ਜਿੰਦਾਬਾਦ, ਮੈਂ ਗਾਲਾਂ ਕੱਢਾਂ ਗੁਰਦਾਸ ਮਾਨ ਨੂੰ ਜਾਂ ਮੈਂ ਹੋਰ ਕਿਸੇ ਨੂੰ, ਹੁਣ ਮੈਂ ਦੂਜੇ ਨੂੰ ਗਾਲਾਂ ਕੱਢਾਂ ਜਿਹੜੇ ਬੰਦੇ ਨੇ ਪ੍ਰੋਟੈਸਟ ਕੀਤਾ, ਹੁਣ ਗੁਰਦਾਸ ਮਾਨ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਾਂ ਜਾਂ ਪ੍ਰੋਟੈਸਟ ਕਰਨ ਵਾਲੇ, ਸਾਡੇ ਵੀ ਸਾਰੇ ਵਿਚਾਰ ਆ, ਅਸੀਂ ਕਿੱਥੇ ਲੈ ਜਾਣੇ ਆਪਣੇ ਵਿਚਾਰ, ਆਪਣੇ ਵਿਚਾਰ ਲਿਜਾਈਏ ਕਿੱਥੇ ਦੱਸੋ ਪਹਿਲਾਂ, ਹੈ ਨਾ, ਅਸੀਂ ਵੀ ਇੱਥੇ ਹੀ ਸਾਂਝੇ ਕਰਨੇ, ਤੁਸੀਂ ਸਾਂਝੇ ਕਰਨੇ ਜਾਣਦੇ ਹਾਂ, ਸਾਡੇ ਕੋਲ ਵੀ ਹੱਕ ਹੈਗਾ। ਸੋ ਜੇ ਤਾਂ ਪੰਜਾਬ ਨੂੰ ਬਚਾਉਣਾ ਇੱਕ ਮੁੱਠ ਹੋਵੋ, ਪਹਿਲਾਂ ਤਾਂ ਮੈਂ ਸਿੱਖਾਂ ਨੂੰ ਬੇਨਤੀ ਕਰਦਾ, ਆ ਪਾਣੀ ਦਾ ਮੁੱਦਾ ਹੁੰਦਾ ਉਹ ਯਾਰ ਭਰੇ ਪਏ ਹਾਂ, ਅਸੀਂ ਭਰੇ ਫਿੱਸੇ ਪਏ ਹਾਂ, ਤੁਸੀਂ ਇਕੱਲੇ ਹੀ ਉੱਥੇ ਨੂੰ ਤੁਰ ਪੈਂਦੇ ਹਾਂ, ਕਿਹੜੀ ਨਹਿਰ ਆ ਮੈਨੂੰ ਤਾਂ ਪਤਾ ਨਹੀਂ, ਉਹ ਆ ਨਾਲ ਲਓ ਆ ਵਾਲਮੀਕ ਭਾਈਚਾਰਾ, ਸਾਰੀਆਂ ਰਵਿਦਾਸੀਆ ਕਮਿਊਨਿਟੀਆਂ, ਹਿੰਦੂ ਪੰਜਾਬ ਜੋ ਹੈ, ਇਹਨਾਂ ਨੂੰ ਉੱਥੋਂ ਵਾਲਾ ਚੇਨਈ ਤੋਂ ਬੋਤਲਾਂ 'ਚ ਪਾਣੀ ਆਉਣਾ, ਇਹਨਾਂ ਨੇ ਪਾਣੀ ਕਿੱਥੋਂ ਪੀਣਾ, ਇਹ ਕਿਉਂ ਨਹੀਂ ਨਾਲ ਜਾਣ, ਜੇ ਡਾਂਗਾਂ ਖਾਣੀਆਂ ਇਹ ਵੀ ਖਾਣ ਨਾਲ, ਤੁਹਾਡਾ ਇਕੱਲਿਆਂ ਦਾ ਪਾਣੀ ਆ, ਤੁਸੀਂ ਐਵੇਂ ਉੱਦਾਂ ਹੀ ਤੁਰ ਪੈਂਦੇ ਆ, ਜਿੱਥੇ ਵੇਖੋ ਉੱਥੇ ਨਾਰਾ ਜੀ ਪੰਜਾਬ ਦਾ ਪਾਣੀ, ਪੰਜਾਬ ਦਾ ਪਾਣੀ। ਉਹ ਯਾਰ ਆਪਾਂ ਆ ਕੇ ਕੌਂਸਲਿੰਗ ਕਰੀਏ, ਸਿਆਣੇ ਬੰਦੇ ਉੱਥੋਂ ਆਓ, ਆ ਝੋਨਾ ਸਾਡੀ ਫਸਲ ਨਹੀਂ ਗੀ, ਇਹ 2 ਸਾਲ ਤੀਜੇ ਸਾਲ ਲਾ ਲਓ ਜੇ ਬਹੁਤ ਕਮਾਈ ਕਰਨੀ, ਇਹਨੂੰ ਇੱਥੋਂ ਇਹਦਾ ਥੋੜ੍ਹਾ ਲਾਓ, 2 ਸਾਲਾਂ ਬਾਅਦ ਲਾਓ, ਕਣਕ ਆ ਉਹਦਾ ਰੇਟ ਵੱਧ ਲਓ, ਪੰਜਾਬ ਆਪ ਵੇਚ ਲਓ, ਲੋਕ ਲੈਂਦੇ ਹੀ ਆ। ਸੋ ਬਹੁਤ ਕੁਛ ਆ, ਮਿਹਨਤ ਵਾਲੀ ਗੱਲ ਆ, ਪੰਜਾਬ ਗੰਦਲਾ ਹੋਇਆ ਪਿਆ, ਇਹਨੂੰ ਹੋਰ ਗੰਦਲਾ ਨਾ ਕਰੋ, ਇਹਨੂੰ ਮੋੜੋ, ਇਹਨੂੰ ਮੋੜ ਲਾ ਲਓ, ਮਿਹਨਤ ਵਾਲੀ ਗੱਲ ਆ, ਇਹ ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਆ ਪਹਿਲਾਂ ਸਾਡੇ ਨਾਲ 15-20% ਲੋਕ ਰੁਜ਼ਗਾਰ 'ਤੇ ਆ, ਗਾਉਣ ਵਾਲਿਆਂ ਨਾਲ ਪੁੱਛ ਕੇ ਦੇਖੋ, DJ ਵਾਲੇ ਅਸੀਂ ਗੀਤ ਬੰਦ ਕਰਤੇ ਉਹ ਭੁੱਖੇ ਮਰ ਜਾਣੇ ਆ, ਉਹ ਇਕੱਲੇ ਅੱਗੇ ਤਾਂ ਗਾਉਣ ਵਾਲਿਆਂ ਨਾਲ 10 ਮਜੀਸ਼ੀਅਨ ਹੁੰਦੇ ਆ, 2 ਡਰਾਈਵਰ ਹੁੰਦੇ, ਟੈਂਪੂ ਡਰਾਈਵਰ, ਸੋਰੀ 4-5 ਹੁੰਦੇ, 2-3 ਗੱਡੀਆਂ ਤਾਂ ਹੁੰਦੀਆਂ ਹੀ ਆ ਗਰੀਬੀ ਦਾਵੇ ਨਾਲ, ਫਿਰ ਸਾਊਂਡ ਵਾਲੇ ਨਾਲ 4-5 ਹੁੰਦੇ ਆ, ਫਿਰ ਸਾਡੇ 'ਤੇ ਸ਼ਮਿਆਨਾ ਲੱਗਦਾ ਆ, ਫਿਰ ਸਟੇਜ ਬਣਾਉਣ ਵਾਲਾ ਆਉਂਦਾ ਆ, ਫਿਰ ਹਲਵਾਈ ਆਉਂਦਾ, ਜੇ ਉੱਥੇ ਰੰਗ ਮੇਲਾ ਹੀ ਨਾ ਉਹ ਤਾਂ ਉੱਥੇ ਆਉਣ ਵਾਲਾ ਕੁੱਕੜਾਂ ਨੂੰ ਥੋੜੋ ਉਹਨਾਂ ਨੇ ਭੋਜਨ ਖਿਲਾਉਣਾ, ਉਹ ਸਾਰਾ ਕੁਝ ਰਲ ਮਿਲਾ ਹੀ ਆ, ਮਿਹਨਤ ਵਾਲੀ ਗੱਲ ਆ, ਇਹਨੂੰ ਅੰਡਰਸਟੂਡ ਕਰੋ ਉੱਦਾਂ ਹੀ ਚੱਕ ਕੇ ਨਾ। ਹਾਂ, ਜਿਹੜਾ ਕਰਦਾ ਉਹ ਤੁਹਾਡੇ ਤੋਂ ਬੰਦ ਨਹੀਂ ਹੁੰਦਾ, ਜਿਹੜਾ ਕੁਛ ਹੁੰਦਾ ਉਹ ਤੁਹਾਡੇ ਤੋਂ ਬੰਦ ਨਹੀਂ ਹੁੰਦਾ, ਉੱਦਾਂ ਹੀ ਤੁਸੀਂ ਪਾਣੀ 'ਚ ਡਾਂਗਾ ਮਾਰਦੇ, ਨੰਬਰ ਬਣਾਉਣ ਲਈ ਸੋਸ਼ਲ ਮੀਡੀਆ ਆ ਗਿਆ, ਲੈ ਵੀ ਮੈਂ ਇੱਕ ਥਾਪੜ ਕੇ ਗੱਲ ਕਰ ਦਿੱਤੀ, ਮੈਂ ਕਹਿਤਾ, ਉਹਨੇ ਵੀ ਇਉਂ ਕਰਤਾ, ਕੀ ਕਰ ਦਿੱਤਾ ਤੁਸੀਂ, ਇੱਥੇ ਆ ਕੇ ਗੱਲ ਕਰੋ, ਗਰਾਊਂਡ ਲੈਵਲ 'ਤੇ ਗੱਲ ਕਰੋ, ਪਹਿਲਾਂ ਇਹਨਾਂ ਨੂੰ ਲਾਮ ਬੰਦ ਕਰੋ ਲੋਕਾਂ ਨੂੰ, ਸਿਆਣੀ ਗੱਲ ਮੈਂ ਤੁਹਾਨੂੰ ਦੱਸਦਾ, ਮੈਂ ਦੱਸਦਾ, ਇਹ ਸਾਰਿਆਂ ਨੂੰ ਪਸੰਦ ਆਉਣੀ, ਉੱਦਾਂ ਹੁਣ ਕਿਸੇ ਦੇ ਮਗਰ ਲੱਗ ਕੇ ਮੈਨੂੰ ਗਾਲਾਂ ਕੱਢੀ ਜਾਓ ਤਾਂ ਲੱਖ ਵਾਰੀ ਕੱਢੀ ਜਾਓ, ਪਹਿਲਾਂ ਗਰਾਊਂਡ ਬਣਾਉਣੀ ਪੈਂਦੀ ਜੇ ਖੇਡਣਾ ਹੋਵੇ, ਉਹਨੂੰ ਉਹਦਾ ਘਾਹ ਉਹ 'ਚੋਂ ਰੋੜੇ ਚੁੱਕਣੇ ਪੈਂਦੇ ਆ, ਵੱਡਿਓ ਸਿਆਣਿਓ ਜਿਹੜੇ ਸਾਨੂੰ ਗਾਲਾਂ ਕੱਢਦੇ ਆ, ਫਿਰ ਕੰਮ ਚੱਲਦਾ। ਪੰਜਾਬੀ ਅਸੀਂ ਤੁਹਾਡੇ ਲਈ ਹੈਗੇ, ਸਾਨੂੰ ਸ਼ਬਦ ਦਿਓ, ਗੀਤ ਦਿਓ, ਅਸੀਂ ਉਹ ਗਾਈਏ, ਜਿਹੜਾ ਵੀ ਚੰਗਾ ਸਿੰਗਰ ਲੱਗਦਾ, ਜਿੱਦਾਂ ਹੁਣ ਗੁਰਦਾਸ ਮਾਨ ਆ, ਆਪਣਾ ਹੋਰ ਆ ਬੱਬੂ ਮਾਨ ਆ, JGB ਆ, ਯਾਰ ਕਿਹੜੀ ਕਹਾਣੀ ਆ, KS ਮੱਖਣ ਖੜਾ, ਕਿਉਂ ਨਹੀਂ ਗਾਵਾਂਗੇ ਅਸੀਂ, ਸਾਨੂੰ ਕੋਈ ਪ੍ਰੋਜੈਕਟ ਦਿਓ। ਮੈਂ ਗੀਤ ਗਾਇਆ, ਦਸਤਾਰ ਤਾਂ ਸਿੱਖ ਇੰਨੇ ਕਈ ਆ, 2-2.5 ਲੱਖ ਆ, 4 ਲੱਖ ਹੀ ਆ ਸਾਰੇ, ਕਿਉਂ ਨਹੀਂ ਸੁਣਿਆ ਗੀਤ ਤੁਸੀਂ ਬਈ, ਐਡਾ ਮਾੜਾ ਵੀ ਨਹੀਂ ਗਾ। ਪਲੀਜ਼ ਪਲੀਜ਼ ਪਲੀਜ਼, ਸਾਨੂੰ ਗਾਲਾਂ ਤੋਂ ਬਿਨਾਂ, ਭੀਖ ਨਹੀਂ ਮੈਂ ਮੰਗ ਰਿਹਾ ਤੁਹਾਡੇ ਤੋਂ, ਗਾਲਾਂ ਤੋਂ ਬਿਨਾਂ ਜੇ ਸਾਡੇ ਤੋਂ ਗਲਤੀ ਹੁੰਦੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਅਤੇ ਆਪ ਵੀ ਸਮਝੋ। ਗੁਰਦਾਸ ਮਾਨ ਫਿਰ ਮੈਂ ਕਹਿੰਦਾ, ਉਹ ਅੱਗੇ ਤਾਂ ਕਿਸੇ ਨੇ ਲਿਖਿਆ ਸੀ ਹੈ ਨਾ, ਅਤੇ ਜੇ ਤਾਂ ਮੈਨੂੰ ਗਾਲ ਪਈ,
ਮੈਂ ਕਹਿੰਦਾ ਗੁਰਦਾਸ ਮਾਨ ਜ਼ਿੰਦਾਬਾਦ, ਗੁਰਦਾਸ ਮਾਨ ਜ਼ਿੰਦਾਬਾਦ। ਠੀਕ ਹੈ ਜੀ। ਉਦੋਂ ਅਗਲੀ ਗੱਲ ਤੁਹਾਨੂੰ ਖੁਸ਼ ਕਰਨ ਲਈ ਨਹੀਂ ਕਹਿੰਦਾ, ਆਮ ਪੰਜਾਬੀ, ਮੈਂ ਪੰਜਾਬੀ ਹਾਂ, ਹਿੱਕ ਥਾਪੜ ਕੇ ਕਹਿੰਦਾ ਅਤੇ ਪੰਜਾਬੀ ਜ਼ਿੰਦਾਬਾਦ। ਅਤੇ ਤੁਹਾਡੀ ਵਜ੍ਹਾ ਨਾਲ ਪੰਜਾਬੀ ਲੈਟ ਡਾਊਨ ਹੋ ਸਕਦੀ। ਜਿਹੜੇ ਟੁਕੜ ਬੋਚ ਹੈ ਨਾ ਸੋਸ਼ਲ ਮੀਡੀਆ 'ਤੇ ਆ ਕੇ ਆਪਣੇ ਆਪ ਨੂੰ ਬੜੇ ਫੰਕਾਰ ਦੱਸਦੇ ਆ ਨਾ, ਤੁਹਾਡੀ ਵਜ੍ਹਾ ਨਾਲ ਪੰਜਾਬੀ ਲੈਟ ਡਾਊਨ ਹੋ ਸਕਦੀ ਆ, ਪੰਜਾਬੀ ਖਰਾਬ ਹੋ ਸਕਦੀ ਆ। ਇੱਦਾਂ ਨਾ ਕਰਿਆ ਕਰੋ, ਪੰਜਾਬੀ ਜ਼ਿੰਦਾਬਾਦ ਆ, ਇਹਨੂੰ ਪੰਜਾਬੀ ਨੂੰ ਜ਼ਿੰਦਾਬਾਦ ਰਹਿਣ ਦਿਓ। ਤੁਸੀਂ ਸਾਨੂੰ ਕਹੋਗੇ ਦੂਰ ਚਲ ਜਾਵਾਂਗੇ। ਜਿਹੜਾ ਕੋਈ ਨਿਕੰਮਾ ਹੋਊਗਾ, ਘਟੀਆ ਬੰਦਾ ਹੋਊਗਾ, ਉਹ ਤੁਹਾਡੀ ਗੱਲ ਸੁਣੂਗਾ। ਜਿਹੜੇ ਗਲਤ ਕਮੈਂਟ ਕਰਦੇ ਆ, ਸੱਚ ਦੇ ਨੇੜੇ ਦੀ ਗੱਲ ਸੀ, ਪੰਜਾਬੀ ਜ਼ਿੰਦਾਬਾਦ, ਗੁਰਦਾਸ ਮਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।